ਤੇ ਚਿੱਤਰਕਾਰੀ ਦੇ ਵਿੱਚ ਤੁਸੀਂ ਆਪਣੀ ਇੱਕ ਫੇਸ ਦੀ ਫੋਟੋ ਬਣਾ ਕੇ ਤੇ ਉਹਦੇ ਵਿੱਚ 47 ਦੀ ਜਿਹੜੀ ਵੰਡਲਾ ਦੁੱਖ ਪ੍ਰਗਟ ਕੀਤਾ ਹੈ ਤੇ ਗੱਲ ਕੀਤੀ ਜਾਵੇ ਤੁਹਾਡੇ ਦਾਦਾ ਜੀ ਦੀ ਤੁਸੀਂ ਦੱਸਦੇ ਸੀ ਕਿ ਉਹਨਾਂ ਦੇ ਪਿੰਡੇ ਤੇ ਪਿੱਛੇ 5 ਟੱਕ ਵਜੇ ਸੀ ਤੇ ਉਹਨਾਂ ਦਾ ਖੰਡਾ ਵੀ ਅੱਜ ਮੌਜੂਦ ਹੈ ਉਹਨਾਂ ਦੀ ਅਨਕਾ ਵੀ ਮੌਜੂਦ ਹੈ ਵੰਡੂ ਦੇ ਟਾਈਮ ਤੇ ਉਹ ਕੈਂਪਾਂ 'ਚ ਸਾਰੇ ਇਕੱਠੇ ਸੀ ਕੋਈ ਕਿਸੇ ਕੈਂਪ 'ਚ ਸੀ ਭਾਈ ਸਾਹਿਬ ਕਿੱਥੇ ਸੀ ਫਾਜ਼ਲ ਸਾਹਿਬ ਕਿੱਦੇ ਸੀ ਤੇ ਮਾਤਾ ਜੀ ਸਾਡੇ ਕਿਤੇ ਸੀ ਮਾਸੀ ਜੀ ਮਤਲਬ ਕਿਸੇ ਜੀ ਉਹ ਫਿਰ ਸਿਸਟਰ ਸਾਡੀਆਂ ਕਿਤੇ ਸੀ ਉਹ ਫਿਰ ਹੌਲੀ ਹੌਲੀ ਸਾਰੇ ਇਕੱਠੇ ਹੋਏ ਤੇ ਫਿਰ ਉਥੋਂ ਇਕੱਠੇ ਹੋ ਗਏ ਫਿਰ ਇਹਨਾਂ ਨੇ ਉਸ ਤੋਂ ਬਾਅਦ 15-20 ਦਿਨ ਮਹੀਨੇ ਬਾਅਦ ਉਥੋਂ ਅੰਮ੍ਰਿਤਸਰ ਤੋਂ ਉਹ ਉਹਨੇ ਦੇ ਜਿੰਨੇ ਦਿਨ ਉਥੋਂ ਸਰਕਾਰ ਵੱਲੋਂ ਕੋਈ ਸਹੂਲਤਾਂ ਮਿਲਦੀਆਂ ਰਹੀਆਂ ਜੋ ਖਾਣ ਪੀਣ ਨੂੰ ਮਿਲਦਾ ਰਿਹਾ ਉਹਦੇ ਆਸਰੇ ਇਹਨਾਂ ਨੇ ਫਿਰ ਆਪਣੀ ਜ਼ਿੰਦਗੀ ਨੂੰ ਚਲਾਇਆ ਤੇ ਇੱਥੇ ਆਣ ਕੇ ਫਿਰ ਜਲੰਧਰ ਵੱਲ ਸ਼ਿਫਟ ਕੀਤਾ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ V24 ਮੈਂ ਦਵਿੰਦਰ ਮੰਡ ਤੇ ਪੇਸ਼ ਹੈ ਪ੍ਰੋਗਰਾਮ ਮੇਰੀ ਕਹਾਣੀ ਮੇਰੀ ਜ਼ੁਬਾਨੀ ਜਿਹੜਾ ਆਪਣੇ ਤੋਂ ਵਿਛੜਨ ਦਾ ਦੁੱਖ ਹੁੰਦਾ ਹੈ ਉਹ ਸਿਰਫ ਉਹੀ ਜਾਣ ਸਕਦਾ ਹੈ ਜਿਸ ਨੇ ਇਹ ਦੁੱਖ ਆਪਣੇ ਪਿੰਡੇ ਤੇ ਹੰਢਾਇਆ ਹੋਵੇ ਕੁਝ ਇਹੋ ਜੀ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਹਾਂ ਮਹਿੰਦਰ ਟਿਕਰਾਲ ਜੀ ਸਾਡੇ ਨਾਲ ਬੈਠੇ ਨੇ ਜੋ ਵੰਡ ਦੇ ਸਮੇਂ ਦੇ ਵਿੱਚ ਸਾਰਾ ਪਰਿਵਾਰ ਲੈਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵਿੱਚ ਆਇਆ ਸੀਗਾ ਤੇ ਜੋ ਕਤਲੇਆਮ ਹੋਇਆ ਸੀ ਉਹ ਦੁਖਦਰਦੀ ਕਹਾਣੀ ਸਾਰੀ ਅੱਜ ਬਿਆਨ ਇਹਨਾਂ ਦੇ ਜ਼ੁਬਾਨੀ ਬਿਆਨ ਹੋਏਗੀ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ 24 ਚੈਨਲ ਤੋਂ ਆਪ ਸਭ ਦਾ ਮਾਨ ਸਾਹਿਬ ਦਾ ਤੇ ਮੈਡਮ ਜੀ ਦਾ ਜਿਸ ਜਿਨ੍ਹਾਂ ਨੇ ਆ ਕੇ ਅੱਜ ਇੱਥੇ ਮੇਰੇ ਰੈਜ਼ੀਡੈਂਸ ਤੇ ਮੇਰੇ ਆਪਣੇ ਦਿਲ ਦੇ ਵਿਚਾਰ ਮੰਦੇ ਉਹ ਇਹਨਾਂ ਨੇ ਸੁਣਨ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਸਰ ਸਰ ਸਭ ਤੋਂ ਪਹਿਲਾਂ ਸਵਾਲ ਮੈਂ ਇਹ ਕਰੂੰਗਾ ਸਵਾਲ ਤਾਂ ਕੀ ਕਿਉਂਕਿ ਜਿਹੜੀ ਇੱਕ ਵੰਡ ਦਾ ਦੁੱਖ ਸੀ ਉਹ ਸਾਰੇ ਜਾਣਦੇ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਈਏ ਜਦੋਂ ਸਰ ਵੰਡ ਹੋਈ 47 ਦੀ ਵੰਡ ਹੋਈ ਤੇ ਉਸ ਦੌਰਾਨ ਤੁਹਾਡੀ ਤੁਹਾਡਾ ਜਿਹੜਾ ਜਨਮ ਸੀ ਉਹ ਲੈਂਦੇ ਪੰਜਾਬ ਦਾ ਸੀ ਜਾਂ ਚੜਦੇ ਪੰਜਾਬ ਦਾ ਇਹ ਲੈਂਦੇ ਪੰਜਾਬ ਦੇ ਵਿੱਚ ਪਾਕਿਸਤਾਨ ਚ ਸ਼ਾਲਕੋਟ ਜ਼ਿਲ੍ਹੇ ਚ ਮੇਰਾ ਜਨਮ ਹੋਇਆ ਮੈਂ 47 ਤੋਂ ਪਹਿਲਾਂ ਸ਼ਾਲਕੋ ਦੇ ਕਰੀਬ ਮੇਰੀ ਏਜ ਸੀ ਮੈਂ ਛੋਟਾ ਜਿਹਾ ਬੱਚਾ ਸੀ ਮੇਰੇ ਮਦਰ ਨੇ ਤੇ ਮੇਰੇ ਮਾਸੀ ਜੀ ਨੇ ਮੈਨੂੰ ਮਦਰ ਨੇ ਮੇਰੇ ਕੁਛੜ ਚੁੱਕਿਆ ਹੋਇਆ ਤੇ ਮਾਸੀ ਜੀ ਨਾਲ ਸੀ ਜਿਸ ਵੇਲੇ ਵੰਡ ਦਾ ਇਹ ਆਪਣਾ 47 ਦਾ ਜਦੋਂ ਵਾਰਦਾਤ ਸ਼ੁਰੂ ਹੋਈ ਹੈ ਉਸ ਟਾਈਮ ਸਾਰੇ ਅਲੱਗ-ਅਲੱਗ ਜਗ੍ਹਾ ਤੇ ਗਏ ਹੋਏ ਸੀ ਇਹਨਾਂ ਨੇ ਘਰੋਂ ਮੈਨੂੰ ਕੁਛੜ ਚੁੱਕਿਆ ਸੀ ਤੇ ਮੈਨੂੰ ਚੁੱਕ ਕੇ ਲਿਆ ਕੇ ਤੇ ਆਪਣੇ ਕਹਿੰਦੇ ਜੋ ਮੈਨੂੰ ਜੂੰ ਜੂੰ ਮੈਂ ਵੱਡਾ ਹੁੰਦਾ ਰਿਹਾ ਮੈਨੂੰ ਇਹ ਆਪਣੀਆਂ ਗੱਲਾਂ ਸੁਣਾਉਂਦੇ ਸੀ ਤੇ ਮੈਨੂੰ ਫੇਰ ਇਹ ਗੱਲਾਂ ਦਾ ਪਤਾ ਲੱਗਾ ਵੀ ਇਸ ਤਰੀਕੇ ਨਾਲ ਹੋਇਆ ਪਰ ਉਹ ਕਹਿੰਦੇ ਸੀ ਮੈਂ ਇਸ ਤਰ੍ਹਾਂ ਮੈਂ ਆਪਣਾ ਜਿਸ ਲਈ ਅਸੀਂ ਆਪਣੀਆਂ ਜਾਨਾਂ ਤੇ ਇੱਜ਼ਤ ਬਚਾਉਣ ਵਾਸਤੇ ਅਸੀਂ ਤਿੰਨ ਵੀ ਦਰਿਆਵੇ ਛੁੱਟ ਦਿੱਤਾ ਤੇ ਆਪ ਵੀ ਛਾਲ ਮਾਰ ਦਿੱਤੀ ਤਾਂ ਕਿ ਆਪਣੀ ਇੱਜ਼ਤ ਨੂੰ ਬਚਾਇਆ ਜਾਵੇ ਤੇ ਕਿਸਮਤ ਚੰਗੀ ਜਿੰਦੇ ਕਰਕੇ ਮੈਂ ਵੀ ਅੱਜ ਤੁਹਾਡੇ ਸਾਹਮਣੇ ਇੱਥੇ ਬੈਠਾ ਹੋਇਆ ਤੇ ਮਾਸੀ ਜੀ ਨੇ ਕੁਦਰਤੀ ਮੇਰੇ ਮੇਢੇ ਨੂੰ ਸਿਰ ਦੇ ਉੱਤੇ ਚੁੱਕ ਲਿਆ ਜਿੰਦੇ ਨਾਲ ਮੈਂ ਆਪਣਾ ਮੇਰੀ ਜਾਨ ਵੀ ਬਚ ਗਈ ਉਹ ਵੀ ਉਹਨਾਂ ਦੀ ਕਿਸਮਤ ਚੰਗੀ ਸੀ ਉਹ ਵੀ ਬਚ ਕੇ ਫਿਰ ਤੋਂ ਬਾਅਦ ਇੱਥੇ ਫਿਰ ਉਥੋਂ ਕਹਿੰਦੇ ਵੀ ਅਸੀਂ ਜਿੱਥੇ ਜਿੱਥੇ ਥੋੜੇ ਦਿਨ ਬਾਅਦ ਮਾਹੌਲ ਢੰਡਾ ਹੋਇਆ ਤੇ ਫਿਰ ਉਹ ਆਪਣੇ ਉੱਥੇ ਟੈਂਟਾਂ ਵਿੱਚ ਇਕੱਠੇ ਹੋਏ ਤੇ ਜੀ ਫਿਰ ਕਿਸੇ ਵੇਲੇ ਆਪਣੇ ਮਤਲਬ ਤੋਂ ਬਾਅਦ ਕਿਸੇ ਵੇਲੇ ਵੱਡੇ ਭਾਈ ਸਾਬਨਾ ਬੈਣ ਦਾ ਮੌਕਾ ਮਿਲਦਾ ਸੀ ਤੇ ਉਹ ਆਪਣੇ ਬਾਰੇ ਦੱਸੇ ਸੀ ਕਿ ਮੈਂ ਉਸ ਟਾਈਮ ਕਿਸੇ ਹੋੜ ਸੀ ਤੇ ਮੈਂ ਉੱਥੇ ਆਪਣਾ ਕੀ ਕਹਿੰਦੇ ਆ ਉਹਨਾਂ ਨੂੰ ਵੀ ਕੀ ਕਹਿੰਦੇ ਆ 스포츠 ਦਾ ਸ਼ੌਕ ਸੀ ਪੜ੍ਹਵਾਨੀ ਦਾ ਤੇ ਉਹਨਾਂ ਨੇ ਕਹਿੰਦੇ ਜੀ ਮੈਂ ਉੱਥੋਂ ਚੱਲਿਆ ਤੇ ਮੈਂ ਆਪਣੇ ਬਲਾਮਾ ਦੀ ਗਰੀਆਂ ਤੋੜਾ ਮੋੜੇ ਤੇ ਚੁੱਕ ਲਿਆ ਤੇ ਹਾਜੇ ਕਿਰਪਾਨ ਫੜ ਲਈ ਨਾਲ ਚਾਚੇ ਸਾਡੇ ਦੋਨੋਂ ਸੀ ਚ ਉਹਨਾਂ ਨੂੰ ਨਾਲ ਲੈ ਕੇ ਤੇ ਇਕੱਠੇ ਤਿੰਨੇ ਜਣੇ ਇਹ ਨਿਕਲ ਪਏ ਤੇ ਸਾਡੇ ਫਾਜ਼ਲ ਸਾਹਿਬ ਜੀ ਜਦੋਂ ਗੱਲਬਾਤ ਹੁੰਦੀ ਹੈ ਜਦੋਂ ਉਹ ਆਪਣੀ ਗੱਲ ਸੁਣਾਉਂਦੇ ਸੀ ਉਹ ਕਿੱਥੇ ਸੀ ਉਹ ਕਹਿੰਦੇ ਜੀ ਮੈਂ ਆਪਣੇ ਦੋਸਤ ਦੀ ਖਬਰ ਲੈਣ ਗਿਆ ਸੀ ਤੇ ਉਹ ਉੱਥੇ ਸੀ ਮੰਜ਼ਲ ਤੇ ਮੈਂ ਬੈਠਾ ਹੋਇਆ ਸੀ ਜਿਸ ਵੇਲੇ ਆਪਣਾ ਵੰਡ ਵੇਲੇ ਇਹ ਸਾਰਾ ਕਤਲੇਆਮ ਹੋਇਆ ਤੇ ਉਸ ਟਾਈਮ ਥੱਲੇ ਬੜਾ ਰੌਲਾ ਪਿਆ ਸੀ ਬੜਾ ਮਤਲਬ ਉਹ ਕੀ ਕਹਿੰਦੇ ਐ ਕੀ ਕਹਿੰਦੇ ਐ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਤੇ ਉਹ ਕਹਿੰਦੇ ਜੀ ਮੈਂ ਜਿਸਲੇ ਬਾਹਰ ਨਿਕਲਣ ਲੱਗਾ ਤੇ ਮੈਨੂੰ ਜਿਹਦੇ ਆਪਣੇ ਦੋਸਤ ਪਤਾ ਕਰਨ ਗਏ ਸੀ ਤੇ ਉਹਨਾਂ ਨੇ ਕਿਹਾ ਵੀ ਤੂੰ ਨਾ ਜਾ ਬੇ ਕਿ ਦਿਨ ਵੀ ਮਾਰ ਨਾ ਦੇਣ ਤੇ ਜਿਸ ਕਰਕੇ ਪਤਾ ਨਹੀਂ ਉਹਨਾਂ ਦਾ ਦਿਮਾਗ ਕੀ ਹਾਲਾ ਥੋੜੇ ਦੇਰ ਬਾਅਦ ਉਹਨਾਂ ਦੇ ਦਿਮਾਗ ਆਇਆ ਉਹਨਾਂ ਨੇ ਉੱਥੋਂ ਚੀ ਸੀ ਮੰਜਲ ਤੋਂ ਵੀ ਪਰੋਛਾਲ ਮਾਰ ਕੇ ਲਾਸ਼ਾਂ ਦੇ ਉੱਪਰ ਢੇਰ ਦੇ ਉੱਪਰ ਹੀ ਛਾਲਾ ਮਾਰ ਕੇ ਫੇਰ ਵੀ ਉਹਨਾਂ ਨੇ ਪਤਾ ਨਹੀਂ ਕਿਸਾ ਕਹਿੰਦੇ ਉਹ ਵੀ ਕਹਿੰਦੇ ਮੈਨੂੰ ਨਹੀਂ ਪਤਾ ਕਿਸਾ ਮੇਰੇ ਚ ਇਨੀ ਹਿੰਮਤ ਆ ਗਈ ਫੇ ਮੇਰਾ ਬਚਾ ਵੀ ਹੋ ਗਿਆ ਮੈਨੂੰ ਛੱਟ ਵੀ ਨਹੀਂ ਲੱਗੀ ਮੈਂ ਉਸ ਤੋਂ ਬਾਅਦ ਫਿਰ ਦੌੜ ਕੇ ਕਿਸੇ ਜਗ੍ਹਾ ਫਿਰ ਜਾ ਕੇ ਪਨਾਹ ਲਈ ਤੇ ਮੈਂ ਉੱਥੇ ਮੇਰਾ ਆਪਣਾ ਬਚਾ ਕੀਤਾ ਤੇ ਫਿਰ ਜਿਸ ਵੇਲੇ ਆਪਣੇ ਬਜ਼ੁਰਗ ਕੋਈ ਜਿਹੜੀ ਸਾਡੀਆਂ ਸਿਸਟਰ ਸੀ ਉਹ ਸਕੂਲ ਗਈਆਂ ਸੀ ਪੈਣਾ ਸਾਡੀਆਂ ਤੇ ਮਾਸੀ ਦੇ ਬੱਚੇ ਵੀ ਮਾਸੀ ਦੇ ਬੱਚੇ ਵੀ ਉਹ ਸਾਰੇ ਸਕੂਲ ਗਏ ਉਸ ਸਕੂਲ ਵਾਲਿਆਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਲੌਕ ਕਰਕੇ ਜਾਂ ਬੰਦ ਕਰਕੇ ਉਹਨਾਂ ਨੇ ਉਹਨਾਂ ਨੂੰ ਸੇਫ ਕੀਤਾ ਤੇ ਉਹ ਬੱਚੇ ਫਿਰ ਉਹਨਾਂ ਨੂੰ ਬਾਅਦ ਛੋੜ ਦਿਨ ਬਾਅਦ ਉਥੋਂ ਕਰ ਲਿਆ ਤੇ ਫਿਰ ਜਾ ਕੇ ਕੈਂਪਾਂਜ ਭੇਜਿਆ ਤੇ ਉਸ ਤੋਂ ਬਾਅਦ ਫਿਰ ਜਿਸ ਵੇਲੇ ਉਹਨਾਂ ਦੀ ਗੱਲਬਾਤ ਬੱਚਿਆਂ ਦੀ ਗੱਲਬਾਤ ਹੁਣ ਮਾਸੀ ਦੇ ਬੱਚੇ ਸੀ ਉਹਨਾਂ ਦੇ ਤਿੰਨ ਲੜਕੇ ਸੀ ਜਵਾਨ ਉਹ ਉਹਨਾਂ ਦੇ ਉਥੇ ਕਤਲਿਆਂ ਵਿੱਚ ਕਤਲ ਹੋ ਗਏ ਤੇ ਜਿਹੜੇ ਆਪਣਾ ਲੜਕੀਆਂ ਬਚ ਗਈਆਂ ਸੀ ਜਦੋਂ ਸਾਡੀਆਂ ਸਿਸਟਰ ਵੀ ਤਿੰਨੇ ਸੀ ਤੇ ਤਿੰਨੇ ਸਿਸਟਰ ਜਿਹੜੀਆਂ ਉਹਨਾਂ ਦੀਆਂ ਸੀ ਮਾਸੀ ਦੀਆਂ ਉਹ ਵੀ ਤਿੰਨੇ ਬਚ ਗਈਆਂ ਤੇ ਉਹਨਾਂ ਚਿੰਨੇ ਜਵਾਨ ਲੜਕੀ ਉਥੇ ਮਾਰੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਦਾਦਾ ਜੀ ਨਾਲ ਜਦੋਂ ਗੱਲਬਾਤ ਹੁੰਦੀ ਸੀ ਉਹ ਦਾਦਾ ਜੀ ਕੋਈ ਉਹਨਾਂ ਨੇ ਪਹਿਲਵਾਨੀ ਦਾ ਸ਼ੌਕ ਸੀ ਉਹ ਬਹੁਤ ਤਗੜੇ ਪਹਿਲਵਾਨ ਸੀ ਔਰ ਸਾਡਾ ਕਾਰੋਬਾਰ ਬਹੁਤ ਅੱਛਾ ਸੀ ਜ਼ਿਮੀਂਦਾਰਾਂ ਵੀ ਕੰਮ ਸੀ ਨਾਲੇ ਉਸ ਦਾ ਵੀ ਕਾਰੋਬਾਰ ਅੱਛਾ ਸੀ ਜ਼ਮੀਨਾਂ ਜ਼ਮੀਨਾਂ ਉੱਥੇ ਬਹੁਤ ਸੀ ਤੇ ਉਹ ਨਾ ਕਰਕੇ ਮਤਲਬ ਉਹ ਦੱਸਦੇ ਹੁੰਦੇ ਸੀ ਵੀ ਮੈਂ ਅੱਜ ਕੱਲ੍ਹ ਲੋਕੀ ਗੱਡੀਆਂ ਰੱਖਦੇ ਨੇ ਮੈਂ ਉਸ ਟਾਈਮ ਮੈਨੂੰ ਸ਼ੌਕ ਸੀ ਮੈਂ ਕੋੜੇ-ਕੋੜੀਆਂ ਰੱਖੀਆਂ ਸੀ ਜੀ ਜੀ ਸਰ ਮੈਂ ਥੋੜਾ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਇਹ ਸਾਰੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਆਪਾਂ ਕਰਾਂਗੇ ਪਰ ਮੈਂ ਤੁਹਾਨੂੰ ਇੱਥੇ ਇਸ ਵੱਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਤੁਸੀਂ ਦੱਸਿਆ ਜਿਵੇਂ ਤੁਹਾਨੂੰ ਨਹਿਰ ਵਿੱਚ ਸਿੱਡ ਦਿੱਤਾ ਸੀ ਬਚਾਉਣ ਵਾਸਤੇ ਫਿਰ ਉਸ ਤੋਂ ਬਾਅਦ ਤੁਹਾਡਾ ਬਚਾਅ ਕਿਸ ਤਰ੍ਹਾਂ ਹੋਇਆ ਤੁਹਾਨੂੰ ਕਿਵੇਂ ਲੱਗਾ ਕਿ ਕਿਸ ਨੇ ਕਿਸੇ ਘਰ ਦੇ ਕਿਸੇ ਜੀ ਨੇ ਚੱਕਿਆ ਸੀ ਜਾਂ ਕਿਸ ਤਰ੍ਹਾਂ ਹਾਂ ਮੈਂ ਉਸ ਬਾਰੇ ਵੀ ਦੁਬਾਰਾ ਦੱਸਣਾ ਉਸ ਟਾਈਮ ਮੈਨੂੰ ਦੱਸਿਆ ਜਿਵੇਂ ਮਾਤਾ ਜੀ ਨੇ ਮੈਨੂੰ ਮੈਨੂੰ ਵੀ ਛੁੱਟ ਕੇ ਤੇ ਆਪ ਵੀ ਮਾਸੀ ਤੇ ਮਾਤਾ ਜੀ ਨੇ ਦੋਨਾਂ ਨੇ ਦਰਿਆ 'ਚ ਹ ਤੇ ਮਤਲਬ ਉਸ ਬਾਅਦ ਮਾਸੀ ਨੇ ਮੈਨੂੰ ਸਿਰ ਦੇ ਉੱਤੇ ਚੁੱਕ ਲਿਆ ਤੇ ਥੋੜੇ ਦਰ ਬਾਅਦ ਜਿਸਲੇ ਮਾਹੌਲ ਠੰਡਾ ਹੋਇਆ ਫਿਰ ਇਹ ਦਰਿਆ ਚੋਂ ਬਾਹਰ ਨਿਕਲੇ ਸਾਈਡ ਤੇ ਲੱਗੇ ਸੀ ਕਿਤੇ 10 ਹੀ ਕਿਤੇ ਬੇਸਾਂ ਕਿਨਾਰੇ ਨਾਲ ਲੱਗੇ ਰਹੇ ਥੋੜੇ ਦਰ ਤੇ ਉਸ ਤੋਂ ਬਾਅਦ ਫਿਰ ਜਿਸਲੇ ਮਾਹੌਲ ਠੰਡਾ ਹੋਇਆ ਤੇ ਫਿਰ ਉਸ ਤੋਂ ਬਾਅਦ ਬਾਹਰ ਨਿਕਲ ਕੇ ਉਹਨਾਂ ਨੇ ਮਤਲਬ ਉਹ ਵੀ ਉਹਨਾਂ ਦੀ ਜਾਨ ਵੀ ਬਚ ਗਈ ਤੇ ਮੇਰੀ ਜਾਨ ਵੀ ਬਚ ਗਈ ਤੇ ਉਸ ਤੋਂ ਬਾਅਦ ਫਿਰ ਕੈਂਪਾਂ ਜਾਣ ਕੇ ਇਹਨਾਂ ਨੇ ਜਿੱਥੇ ਵੀ ਜਗ੍ਹਾ ਲੱਗੇ ਸੀ ਸਰਕਾਰ ਵੱਲੋਂ ਜੋ ਭੁੱਖੇ ਬਣੇ ਰਹੇ तकरीबन ਖਾਣ ਪੀਣ ਨੂੰ ਜੋ ਛੋਲੇ ਕਹਿੰਦੇ ਮਿਲਦੇ ਸੀ ਅਸਾਂ ਦੋ ਇੱਕ ਦੋ ਦਿਨ ਇਦਾਂ ਹੀ ਛੋਲੇ ਨਾਲ ਗੁਜ਼ਾਰਾ ਕੀਤਾ ਤੇ ਪੁੱਜੇ ਛੋਲੇ ਵਗੈਰਾ ਮਿਲਦੇ ਰਹੇ ਤੇ ਅਸੀਂ ਉੱਥੇ ਆਪਣਾ ਟਾਈਮ ਪਾਸ ਕਰਦੇ ਰਹੇ ਤੇ ਉਸ ਤੋਂ ਬਾਅਦ ਜਿੱਥੇ ਹਰ ਘਰ ਦਾ ਪਰਿਵਾਰ ਦਾ ਮੈਂਬਰ ਕੋਈ ਕਿਸੇ ਜੇ ਕੈਂਪ ਵਿੱਚ ਸੀ ਕੋ ਕਿਸੇ ਕੈਂਪ ਵਿੱਚ ਸੀ ਇਸੇ ਤਰ੍ਹਾਂ ਹੀ ਫਿਰ ਉੱਥੇ ਸਾਰਿਆਂ ਨੇ ਨਾਂ ਨੂੰ ਨੋਟ ਕਰਾਏ ਤੇ ਆਪਣਾ ਉਹ ਫਿਰ ਉਹ ਗੋਂ ਦੱਸਿਆ ਸੀ ਵੀ ਤੁਹਾਡੇ ਫਲਾਣੇ ਰਿਸ਼ਤੇਦਾਰ ਫਰਾਨੀ ਜਗ੍ਹਾ ਰਹੇ ਤੁਸੀਂ ਦੂਸਰੇ ਕੈਂਪ 'ਚ ਤੇ ਇਸ ਤਰ੍ਹਾਂ ਹੀ ਉੱਥੇ ਅਨੁਸਾਰ ਵਿੱਚ ਇਕੱਠੇ ਹੋ ਕੇ ਕੈਂਪਾਂ ਦੇ ਵਿੱਚੋਂ ਫਿਰ ਜੋ ਇਕੱਠੇ ਹੋਏ ਛੋੜ ਦਿਨ ਬਾਅਦ 15-20 ਦਿਨਾਂ ਬਾਅਦ ਸਾਰੇ ਜਗੇ ਇਕੱਠੇ ਹੋਏ ਉਸ ਤੋਂ ਬਾਅਦ ਇੱਥੇ ਜਿੰਦਰਾਂ ਆਂ ਦਾ ਪਲਾਨ ਬਣਾਇਆ ਜੀ ਤੇ ਉਹ ਫਿਰ ਦਾਦਾ ਜੀ ਨਾਲ ਜਦੋਂ ਗੱਲਬਾਤ ਹੁੰਦੀ ਸੀ ਦਾਦਾ ਜੀ ਦੀ ਗੱਲ ਮੈਂ ਸੁਣਾ ਰਿਹਾ ਸੀ ਸਾਡੇ ਉਹ ਉਹ ਬਹੁਤ ਤਗੜੇ ਪਹਿਲਵਾਨ ਵੀ ਸੀ ਤੇ ਉਹ ਮਤਲਬ ਉਹਨਾਂ ਨੇ ਵੀ ਦੱਸਿਆ ਵੀ ਆਪਣੇ ਬਾਰੇ ਮੈਂ ਉੱਥੇ ਅਖਾੜੇ ਜੋਰ ਕਰਦਾ ਸੀ ਜਦੋਂ ਆਪਣਾ ਉਸ ਤੋਂ ਬਾਅਦ ਮੈਨੂੰ ਘੋੜੇ-ਘੋੜੀਆਂ ਰੱਖੇ ਹੋਏ ਸੀ ਤੇ ਕਿਸੇ ਵੇਲੇ ਦਿਲ ਕਰਨਾ ਤੇ ਮੈਂ ਘੋੜੇ ਨੂੰ ਤੋਣੋਂ ਫੜ ਕੇ ਥੇਲੇ ਸੁੱਟ ਲੈਂਦਾ ਸੀ ਉਹਨਾਂ ਦਾ weight ਵੀ ਕਾਫੀ ਸੀ 135 ਕਿਲੋ ਦੇ ਕਰੀਬ ਉਹਨਾਂ ਦਾ ਭਾਰ ਸੀ ਤੇ ਸਿਹਤ ਅੱਛੀ ਸੀ ਮਤਲਬ ਤੁਹਾਡੇ ਦਾਦਾ ਜੀ ਘੋੜੇ ਨੂੰ ਫੜ ਕੇ ਥੱਲੇ ਸਿੱਟ ਲੈਂਦੇ ਸੀ ਬਿਲਕੁਲ ਤੇ ਉਹ ਗੱਲਾਂ ਦੱਸੇ ਸੀ ਕਹਿੰਦੇ ਜਿਸ ਵੇਲੇ ਅਸੀਂ ਕਾਰੋਬਾਰ ਵਾਸਤੇ ਵੀ ਕਹਿੰਦੇ ਮੈਂ ਉੱਥੇ ਪਾਕਿਸਤਾਨ ਤੋਂ ਇੱਥੇ ਆਂਦਾ ਸੀ ਅਮਰਸਰ ਸਵੇਰੇ ਆਣਾ ਸਵੇਰੇ ਉੱਥੋਂ ਚੰਨਾ ਤੇ ਦੁਪਹਿਰ ਨੂੰ ਇੱਥੇ ਖਾਣਾ ਇੱਥੇ ਖਾਣਾ ਅਮਰਸਰ ਤੇ ਉੱਥੇ ਜਿਹੜਾ ਕਾਰੋਬਾਰ ਵਾਸਤੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਸੀ ਵਪਾਰ ਵਾਸਤੇ ਮਿਲਣਾ ਜਿਲਣਾ ਤੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਉੱਥੇ ਪਾਕਿਸਤਾਨ ਵਾਪਸ ਪਹੁੰਚ ਜਾਂਦੇ ਸੀ ਤੇ ਉਹ ਉਸੇ ਦੌਰਾਨ ਉਹ ਜਿਹੜਾ ਜਿਵੇਂ ਰੈਸਿੰਗ ਦਾ ਕਰਦਾ ਸੀ ਤੇ ਉਸ ਟਾਈਮ ਖਾੜੇ ਤੋਂ ਬਾਅਦ ਫਿਰ ਆਪਣਾ ਸ਼ਾਮ ਨੂੰ ਕੋੜੇ-ਕੋੜੀਆਂ ਨਾ ਕਰਦਾ ਸੀ ਕਹਿੰਦੇ ਕਿਲੋ ਦੋ-ਦੋ ਕਿਲੋ ਮੈਂ ਦੇਸੀ ਘੋਪੀ ਜਾਂਦਾ ਸੀ ਤੇ ਮੈਨੂੰ ਕੋਈ ਅਸਰ ਨਹੀਂ ਸੀ ਹੁੰਦਾ ਮਤਲਬ ਕੋਈ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਸੀ ਹੁੰਦੀ ਕਿਉਂ ਤਾਂਕਿ ਮੈਨੂੰ ਸ਼ੌਕ ਸੀ ਮਿਹਨਤ ਕਰਨ ਦਾ ਤੇ ਸਪੋਰਟਸ ਦੇ ਨਾਲ ਤੇ ਉਹਨਾਂ ਕਰਕੇ ਸਾਡੇ ਫਾਜ਼ ਸਾਹਿਬ ਨੂੰ ਸਪੋਰਟਸ ਨਾਲ ਸਾਰੇ ਸਾਰੇ ਪਰਿਵਾਰ ਨੂੰ ਸ਼ੁਰੂ ਹੋਈ ਮਤਲਬ ਫਾਜ਼ ਸਾਹਿਬ ਵੀ ਭਨਵਾਨੀ ਕਰਦੇ ਰਹੇ ਵੱਡੇ ਭਾਈ ਸਾਹਿਬ ਵੀ ਭਨਵਾਨੀ ਕਰਦੇ ਰਹੇ ਵੱਡੇ ਭਾਈ ਸਾਹਿਬ ਨੇ ਇੱਥੇ ਆਣ ਕੇ 1957 ਵਿੱਚ ਆਪਨਾ శ్రీలంక ਚ ਆਪਣਾ ਉਥੇ ਗਏ ਸੀ ਭਾਰਤ ਕੇ ਸੀ ਵਾਸਤੇ ਉਥੇ ਤੇ ਉਸ ਟਾਈਮ ਉਥੇ ਸੈਕੰਡ ਆਇਆ ਸੀ ਤੇ ਉਹ ਆਪਣਾ ਉਹਨਾਂ ਨੇ ਉਸ ਟਾਈਮ ਉਥੇ ਵੀ ਕਾਫੀ ਨਾ ਕਮਾਇਆ ਉਹਨਾਂ ਕਰਕੇ ਮੈਨੂੰ ਵੀ ਬਚਪਨ ਤੋਂ ਸ਼ੌਂਕ ਹੈ ਮੈਂ ਵੀ ਉਦੋਂ ਦਾ ਮੈਨੂੰ ਪਹਿਲਵਾਨੀ ਦਾ ਸ਼ੌਕ ਹੈ ਮੈਂ ਵੀ ਬਚਪਨ ਤੋਂ ਖਾੜੇ ਜਾ ਰਿਹਾ ਮੈਂ 60 ਸਾਲ ਤੋਂ ਉੱਪਰ ਹੋ ਗਏ ਮੈਨੂੰ ਇਹ ਖਾੜੇ ਜਾਂਦੇ ਹੁਣ ਤੇ ਮੇਰੀ ਜਰੋ ਜ਼ਿਆਦਾ ਹੋ ਗਈ ਹੈ ਗੱਲ ਕੀਤੀ ਜਾਵੇ ਤੁਹਾਡੀ ਉਮਰ ਦੀ ਕਿਹੜੀ ਉਮਰ ਦੇ ਵਿੱਚ ਜਾ ਕੇ ਤੁਸੀਂ ਪਹਿਲਵਾਨੀ ਸ਼ੁਰੂ ਕੀਤੀ ਸੀ ਮੈਂ 5-6 ਸਾਲਾਂ ਦਾ ਸੀ ਜਦੋਂ ਦਾ ਮੈਂ ਅਖਾੜੇ ਜਾਣਾ ਸ਼ੁਰੂ ਕਰ ਦਿੱਤਾ ਸੀ ਹੂੰ ਤੇ ਉਸ ਟਾਈਮ ਤੋਂ ਹੀ ਮੈਨੂੰ ਵੀ ਸ਼ੌਕ ਹੈ ਹੁਣ ਤੱਕ ਜਾ ਰਿਹਾ ਹਾਂ ਹੁਣ ਵੀ ਮੈਂ ਆਪਣੇ ਅਖਾੜੇ ਜਾਣਾ ਉੱਥੇ ਵੀ ਬੱਚਿਆਂ ਨੂੰ ਵੀ ਕਰਾਈਦਾ ਆਂ ਵੀ ਕਰੀਦਾ ਹੂੰ ਤੇ ਜਿੰਦੇ ਸਾਰਾ ਨਾ ਵੱਡਾ ਅਖਾੜਾ ਆਪਣਾ ਤੇ ਸਾਡੇ ਉਸਤਾਦ ਹੁਣ ਸੀ ਮਾਸ਼ਾਪਾਰਦ ਪੂਸ਼ ਨਫਲਾਤੂ ਲਾਹੌਰ ਵਾਲੇ ਜੀ ਜਿਹੜਾ ਨੇ ਉਹ ਉਹਨਾਂ ਨੇ ਵੀ ਮੈਰਿਜ ਨਹੀਂ ਸੀ ਕਰਾਈ ਉਹ ਉੱਥੇ ਮਤਲਬ ਉੱਥੇ ਬੜਾ ਉਹਨਾਂ ਦਾ ਨਾਂ ਸੀ ਹੂੰ ਅਜਨੇ ਗਾਮਾ ਪਹਿਲਵਾਨ ਵਗੈਰਾ ਸਾਰੇ ਉਹਨਾਂ ਨਾਲ ਬੜੇ ਕਾਫੀ ਕਲੋਸ ਸੀ ਜੀ ਸਾਡੇ ਬਜ਼ੁਰਗਾਂ ਨੇ ਵੀ ਉਹਨਾਂ ਨਾਲ ਕੁਸ਼ਤੀ ਕੀਤੀ ਹੋਈ ਹੈ ਤੇ ਜਿਨ੍ਹਾਂ ਨਾਲ ਉਹ ਜਿਨ੍ਹਾਂ ਕਰਕੇ ਸਾਨੂੰ ਵੀ ਬਚਪਨ ਤੋਂ ਸ਼ੌਕ ਸੀ ਫੇ ਸਿਹਤ ਅੱਛੀ ਹੈ ਤੇ ਸਭ ਕੁਝ ਠੀਕ ਹੈ ਕਾਰੋਬਾਰ ਹੈ ਜਾਂ ਪੈਸੇ ਨੂੰ ਕੀ ਕਰਨਾ ਹੈ ਜੇ ਸਿਹਤ ਨਹੀਂ ਠੀਕ ਹੈਗੀ ਬਿਲਕੁਲ ਤੇ ਉਹ ਚੀਜ਼ਾਂ ਦਾ ਮੇਨ ਸਬਨਾ ਉਹਨਾਂ ਨਾਲ ਜ਼ਿਆਦਾ ਸੀ ਤੇ ਹੁਣ ਵੀ ਸਾਰਨਾ ਜਿੰਦਰ ਤੋਂ ਸਾਰਨਾ ਵੱਡਾ ਖਾੜਾ ਆਪਣੇ ਕੋਲ ਹੈ ਤੇ ਉਹ 100 ਮਰਲੇ ਦੇ ਕਰੀਬ ਹੈ ਤੇ ਉਹ ਤੇ ਵੀ ਬੱਚੇ ਆਂਦੇ ਆ ਸਵੇਰੇ ਸ਼ਾਮ ਜਦੋਂ ਅਸੀਂ ਵੀ ਮੈਂ ਹੁਣ ਦਿੱਲੀ ਨਹੀਂ ਜਾਂਦਾ ਤੇ ਜਿਸ ਵੇਲੇ ਵੀ ਜਾਇਦਾ ਦੋ ਚਾਰ ਦਿਨ ਬਾਅਦ ਤੇ ਵਿੱਚ ਉਹ ਆਪਣਾ ਆਪ ਹੀ ਖਰੀਦਦਾ ਬੱਚਿਆਂ ਨੂੰ ਵੀ ਕਰਾਈਦੀ ਹੈ ਤੇ ਜੇ ਨਾਂ ਜਦੋਂ ਜਾਈਏ ਤੇ ਉਸ ਦਿਨ ਘਰ ਮਾਲਾ ਮੋਟਾਕਸਾ ਕਰੀਦੀ ਮੈਂ ਕਾਰ ਵੀ ਸਾਰਾ ਸਮਝਾ ਜਦੋਂ ਤੁਸੀਂ ਅਖਾੜੇ ਨਹੀਂ ਜਾਂਦੇ ਫਿਰ ਉਸ ਤੋਂ ਤੁਹਾਡੀ ਗੈਰ ਮੌਜੂਦਗੀ ਵਿੱਚ ਕੌਣ ਉੱਥੇ ਸਿਖਾਉਂਦਾ ਮੇਰੀ ਗੈਰਾਜੀ ਚ ਬੱਚੇ ਹੋਰ ਵੀ ਜਿਹੜੇ ਛੜ ਨਾਲ ਦੇ ਦੋ ਤਿੰਨ ਸੀਨੀਅਰ ਰਗੇ ਨੇ ਉਹ ਆਪਣਾ ਉਥੇ ਕੋਈ ਨਾ ਕੋਈ ਹੁੰਦਾ ਸਾਡੇ ਦਿਨਾਂ ਚਾਰਾ ਚੋਂ ਸਾਡੇ ਗੁਰੂ ਜੀ ਜੱਤ ਤੋਂ ਬਾਅਦ ਸਾਡੇ ਉਹਨਾਂ ਨੇ ਸਾਡੇ ਚਾਰ ਬੰਦਿਆਂ ਦੇ ਉੱਤੇ ਜਿੰਮੇਵਾਰੀ ਪਾਈ ਸੀ ਉਹਨਾਂ ਵਿੱਚ ਆਪਣਾ 1975 ਦੇ ਵਿੱਚ ਸਾਨੂੰ ਸਾਡੇ ਜਿੰਮੇਵਾਰੀ ਪਾਈ ਸੀ ਉਹਨਾਂ ਦੀ ਡੈਥ ਹੋਈ ਸੀ ਤੇ ਉਸ ਟਾਈਮ ਉਹ ਉਹਨਾਂ ਨੇ ਕਿਹਾ ਸੀ ਬਈ ਇੱਕ ਸਾਹ ਸਿੰਘ ਤੇ ਗ੍ਰਾਮ ਲਾਲ ਜੀ ਤੇ ਇੱਕ ਸਤੰਦਰ ਕੁਮਾਰ ਤੇ ਮੇਰਾ ਨਾਮਿੰਦਰ ਜੀ ਮੇਂ ਮਿੰਦਰ ਟੂ ਵਾਲਾ ਇਹ ਸਾਰੇ ਤੁਸੀਂ ਚਾਰਾਂ ਦੀ ਜ਼ਿੰਮੇਵਾਰੀ ਤੁਹਾਡੀ ਮੈਂ ਪਾ ਰਿਹਾ ਵੀ ਤੁਸੀਂ ਇਹਨਾਂ ਇਸ ਖਾੜੇ ਨੂੰ ਜਿਸ ਤਰ੍ਹਾਂ ਮੈਂ ਚਲਾ ਰਿਹਾ ਸੀ ਇਸੇ ਤਰ੍ਹਾਂ ਤੁਸੀਂ ਮਗਰੋਂ ਮੇਰੇ ਇਸ ਨੂੰ ਕਾਇਮ ਰੱਖੋਗੇ ਚਲਾਉਂਦੇ ਰਹੋਗੇ ਬੱਚਿਆਂ ਨੂੰ ਚੰਗੇ ਪਾਸੇ ਲਾਓਗੇ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਤੇ ਇਸ ਕਰਕੇ ਤੁਸੀਂ ਇਸ ਚੀਜ਼ ਦਾ ਮਤਲਬ ਇੱਕ ਮੇਰੀ ਨਿਸ਼ਾਨੀ ਨੂੰ ਯਾਦ ਰੱਖਣਾ ਤੇ ਤਾਂ ਕਿ ਤੁਹਾਡਾ ਵੀ ਮੇਰਾ ਵੀ ਨਾਮ ਰਵੇ ਤੇ ਤੁਹਾਡਾ ਵੀ ਨਾਮ ਰਵੇ ਜੀ ਗੱਲ ਕੀਤੀ ਜਾਵੇ ਤੁਸੀਂ ਚਿੱਤਰਕਾਰੀ ਬਹੁਤ ਸੋਹਣੀ ਕਰਦੇ ਹੋ ਤੇ ਚਿੱਤਰਕਾਰੀ ਦੇ ਵਿੱਚ ਤੁਸੀਂ ਆਪਣੀ ਇੱਕ ਫੇਸ ਦੀ ਫੋਟੋ ਬਣਾ ਕੇ ਤੇ ਉਹਦੇ ਵਿੱਚ 47 ਦੀ ਜਿਹੜੀ ਵੰਡ ਦਾ ਦੁੱਖ ਪ੍ਰਗਟ ਕੀਤਾ ਹੈ ਤੇ ਗੱਲ ਕੀਤੀ ਜਾਵੇ ਤੁਹਾਡੇ ਦਾਦਾ ਜੀ ਦੀ ਤੁਸੀਂ ਦੱਸਦੇ ਸੀ ਕਿ ਉਹਨਾਂ ਦੇ ਪਿੰਡੇ ਤੇ ਪਿੱਛੇ 5 ਟੱਕ ਵਜੇ ਸੀ ਤੇ ਉਹਨਾਂ ਦਾ ਖੰਡਾ ਵੀ ਅੱਜ ਮੌਜੂਦ ਹੈ ਉਹਨਾਂ ਦੀ ਐਨਕਾ ਵੀ ਮੌਜੂਦ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂ ਇਹ ਜਿਹੜਾ ਮੈਂ ਪੇਂਟਿੰਗ ਦੇ ਵਿੱਚ ਜਿਹੜਾ ਸਾਰਾ ਉਹਨਾਂ ਦੀ ਵੰਡ ਬਾਰੇ ਜਿਹੜਾ ਸ਼ੋਅ ਕੀਤਾ ਹੈ ਆਪਣੇ ਫੇਸ ਪੋਰਟਰੇਟ ਫੇਸ ਦੇ ਉੱਤੇ ਪੋਰਟਰੇਟ ਬਣਾ ਕੇ ਤੇ ਕੱਟ ਲਗਾ ਕੇ ਕਿਉਂਕਿ ਇਹ ਆਰਟ ਦਾ ਵੀ ਮੈਨੂੰ ਸਪੋਰਟਸ ਦੇ ਨਾਲ ਆਰਟ ਦਾ ਵੀ ਬਚਪਨ ਦਾ ਸ਼ੌਕ ਸੀ ਜੀ ਤੇ ਜਿੰਦੇ ਕਰਕੇ ਮੈਂ ਪੇਂਟਿੰਗ ਵੈਰਾ ਵੀ ਹੋਰ ਸਕੈਚਿੰਗ ਮੇਰੀ ਵੈਰਾ ਬਣਾਉਂਦਾ ਰਿਹਾ ਕਾਫੀ ਕੰਮ ਕੀਤਾ ਹੈ ਜੀ ਹੁਣ ਤੱਕ ਤੇ ਉਹ ਮੈਨੂੰ ਦਿਮਾਗ ਵਿੱਚ ਇਹੀ ਘੁੰਮਦਾ ਰਹਿੰਦਾ ਸੀ ਜਿਸ ਵੇਲੇ ਉਹਨਾਂ ਦੇ ਪਿੰਡੇ ਤੇ ਮੈਂ ਮਾਲਿਸ਼ ਕਰਦਾ ਸੀ ਤੇ ਉਹਨਾਂ ਦੇ ਪਿੰਡੇ ਦੇ ਲੱਗੇ ਹੋਏ ਡੂੰਘੇ ਜਿਹੜੇ ਸੀ ਨਾ ਪੰਜ ਉਹ ਮੇਰੇ ਦਿਮਾਗ 'ਚ ਘੁੰਮਦੇ ਰਹਿੰਦੇ ਸੀ ਉਹ ਮੈਨੂੰ ਦੱਸੇ ਸੀ ਜਿਸ ਵੇਲੇ ਮੈਂ ਉੱਥੋਂ ਨਿਕਲਿਆ ਹੂੰ ਇਹ ਜਿਹੜਾ 100 ਸਾਲ ਤੋਂ ਪਰਾਨੀ ਉਹਨਾਂ ਦਾ ਖੰਡਾ ਹੈਗਾ ਦਰਬਾਰ ਹੈਗੀ ਹੈ ਉਹ ਉਹਨਾਂ ਦੇ ਬਜ਼ੁਰਗਾਂ ਤੋਂ ਬਾਅਦ ਸਾਡੇ ਫਾਜ਼ ਸਾਹਿਬ ਨੇ ਫਿਰ ਸਾਡੇ ਭਾਈ ਸਾਹਿਬ ਨੇ ਫਿਰ ਉਸ ਤੋਂ ਬਾਅਦ ਮੈਂ ਇਹ ਸੰਭਾਲ ਕੇ ਰੱਖੀ ਉਹਨਾਂ ਦੀ ਇੱਕ ਨਿਸ਼ਾਨੀ ਉਹ ਦੱਸਦੇ ਸੀ ਵੀ ਇਸ ਤੇ ਮਤਲਬ ਸਿਰ ਦੇ ਉੱਤੇ ਮੈਂ ਉੱਥੋਂ ਬਚ ਗਿਆ ਹੂੰ ਤੇ ਬਾਕੀ ਮੇਰੀ ਸਿਹਤ ਕਦ ਅੱਛਾ ਸੀ ਮੇਰੇ ਅੱਗੋਂ ਆਂਦ ਕੇ ਕਿਸੇ ਨੇ ਕੋਈ ਮੁਕਾਬਲਾ ਨਹੀਂ ਮੇਰੇ ਨਾਲ ਕੀਤਾ ਜਿਨੇ ਵੀ ਮੇਰੇ ਤੇ ਹਵਾਰ ਕੀਤੇ ਜਿਹੜੇ ਮੇਰੇ ਪਿੰਡੇ ਪਿੱਛੇ ਟੱਕ ਲੱਗੇ ਨੇ ਉਹ ਡੂੰਘੇ ਜ਼ਖਮ ਬੰਦ ਹੋਣ ਤੋਂ ਬਾਅਦ ਵੀ ਡੂੰਘੇ ਉਦਾਂ ਦੇ ਉਦਾਂ ਹੀ ਰਹੇ ਨੇ ਉਹ ਕਿ ਮੈਨੇ ਦਿਮਾਗ ਵਿੱਚ ਉਹ ਉਹਨਾਂ ਦੀ ਸਟੋਰੀ ਕਹਾਣੀ ਸਾਰੀ ਇਹ ਘੁੰਮਦੀ ਰਹਿੰਦੀ ਸੀ ਵੀ 10 ਸੀ ਵੀ ਮੇਰੇ ਪਿੱਛੋਂ ਹਾਰ ਕੀਤੇ ਆ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਸੀ ਉਹ ਦੌੜ ਜਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਜਿਸ ਵੇਲੇ ਕਹਿੰਦੇ ਜਿਆਦਾ ਬੰਦਿਆਂ ਦਾ ਝੁੰਡ ਉਹਨਾਂ ਸਾਹਮਣੇ ਆ ਗਿਆ ਤੇ 15 20 ਬੰਦਿਆਂ ਦਾ ਤੇ ਫਿਰ ਕਹਿੰਦੇ ਜੀ ਦੋ ਚਾਰ ਬੰਦੇ ਨੂੰ ਤੇ ਉਹ ਕੁਝ ਸਮਝਦੇ ਨਹੀਂ ਸੀ ਜੀ ਕਿਉਂਕਿ ਉਹ ਉਹਨਾਂ ਦੀ ਆਪਣਾ ਇੱਕ ਸਿਹਤ ਪਰਸਨੈਲਿਟੀ ਕਾਦਰ ਅੱਛਾ ਸੀ 6 ਫੁੱਟ ਤੋਂ ਉੱਪਰ ਉਹਨਾਂ ਦਾ ਕਾਦਰ ਸੀ ਤੇ ਉਹ ਉਹਨਾਂ ਕਰਕੇ ਜਿਸੇ ਜ਼ਿਆਦਾ ਬੰਦਿਆਂ ਦਾ ਝੁੰਡ ਆ ਗਿਆ ਫਿਰ ਉਹਨਾਂ ਨੇ ਦੱਸਿਆ ਵੀ ਇਹ ਖੰਡਾ ਮੇਰੇ ਹੱਥ ਪੜਿਆ ਸੀ ਤੇ ਮੈਂ ਉਧਰੋਂ ਕੀ ਕਹਿੰਦੇ ਆ ਉਹਨਾਂ ਨਾਲ ਜਿਹੜੇ ਜ਼ਿਆਦਾ ਬੰਦਿਆਂ ਦਾ ਝੁੰਡ ਜਿਹੜਾ ਆਇਆ ਉਹਨਾਂ ਦੇ ਨਾਲ ਫਿਰ ਮੈਂ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਜੀ ਉਹ ਮੁਕਾਬਲਾ ਕਰਦੇ ਆ ਕਰਦੇ ਆ ਮੈਂ ਸਾਈਡ ਤੇ ਗੰਦਾ ਨਾਲਾ ਸੀ ਉਹਦੇ ਵਿੱਚ ਗਿਰ ਗਿਆ ਗੰਦੇ ਨਾਲੇ ਦੇ ਵਿੱਚ ਡਿੱਗਣ ਤੋਂ ਬਾਅਦ ਥੋੜੀ ਦੇਰ ਬਾਅਦ ਫਿਰ ਜਿਸ ਵੇਲੇ ਉਥੋਂ ਮਤਲਬ ਸੱਪ ਜਿਹਾ ਇੱਕ ਨਿਕਲਿਆ ਉਹਨੇ ਮੇਰੀ ਲੱਤ ਤੇ ਡੰਗ ਮਾਰਿਆ ਅੱਛਾ ਉਹ ਸੱਪ ਦੇ ਕੱਟਣ ਦੇ ਨਾਲ ਫਿਰ ਵੀ ਮੈਂ ਕਹਿੰਦੇ ਨਹੀਂ ਬਿਲਕੁਲ ਨਹੀਂ ਘਬਰਾਇਆ ਜਿਸ ਵੇਲੇ ਉਹ ਝੁੰਡ ਨਿਕਲ ਗਿਆ ਉਹਨਾਂ ਨੇ ਸੋਚਿਆ ਵੀ ਇਹ ਡਿੱਗ ਪਿਆ ਪਤਾ ਨਹੀਂ ਮਰ ਜਾਏਗਾ ਜਾਂ ਮਰ ਗਿਆ ਜਾਂ ਕੀ ਚੱਕਰ ਹੈ ਉਹ ਨਿਕਲ ਗਏ ਤੇ ਇਸ ਤੋਂ ਬਾਅਦ ਇਹਨਾਂ ਨੇ ਬਾਹਰ ਨਿਕਲ ਕੇ ਬੜੀ ਆਪਣੇ ਵੱਲੋਂ ਹਿੰਮਤ ਕੀਤੀ ਫਿਰ ਉਹਦੇ ਖੇਤ ਸੀ ਨਾਲ ਖੇਤਾਂ ਵਿੱਚ ਜਾ ਕੇ ਤੇ ਉੱਥੇ ਇੱਕ ਥੂੜੀ ਦੇ ਕੁੱਪ ਦੇ ਕੋਲ ਜਾ ਕੇ ਇਹਨਾਂ ਨੇ ਉਹ ਜਿੱਥੇ ਸੱਪ ਨੇ ਕਟਿਆ ਸੀ ਲੱਤ ਦੀ ਪਿੰਡੀ ਤੇ ਉਹ ਉਹਨਾਂ ਨੇ ਉਸੇ ਘੰਡੇ ਦੇ ਨਾਲ ਆਪਣੀ ਉਹ ਪਿੰਨੀ ਨੂੰ ਮਾਸ ਦਾ ਪਿੰਨੀ ਦਾ ਨਾਲ ਕੱਟ ਮਾਰ ਕੇ ਲਾਹ ਛਾੜ ਦਿੱਤਾ ਤੇ ਉਹ ਕੱਟਣ ਤੋਂ ਬਾਅਦ ਫਿਰ ਉਹਨਾਂ ਨੇ ਉਹਦੇ ਤੇ ਤੂੜੀ ਦੇ ਕੁੱਪ ਚੋਂ ਤੂੜੀ ਲੈ ਕੇ ਤੇ ਉਹ ਉਹਦੇ ਤੇ ਰੱਖ ਕੇ ਸਿਰ ਤੋਂ ਪਗੜੀ ਲਾ ਕੇ ਇਹਨਾਂ ਨੇ ਆਪਣੀ ਪਗੜੀ ਨੂੰ ਪਾੜ ਕੇ ਤੇ ਆਪਣਾ ਕੱਟ ਕੇ ਤੇ ਪੱਟੀ ਪੱਟੀ ਕਰ ਲਈ ਉਹ ਪੱਟੀ ਤੁਹਾਡੇ ਕਹਿਣ ਦਾ ਮਤਲਬ ਕਿ ਪੰਜ ਟੱਕ ਪਿੰਡੇ ਤੇ ਲੱਗੇ ਆ ਉਸ ਤੋਂ ਬਾਅਦ ਇੱਥੋਂ ਚੱਪਣੀ ਤੋਂ ਆਪਣੀ ਲੱਤ ਵੱਢ ਲਈ ਤੇ ਇਸ ਤਰ੍ਹਾਂ ਜਾਨ ਬਚਾ ਕੇ ਅੱਗੇ ਆਏ ਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੋਂ ਦੱਸਿਆ ਵੀ ਉੱਥੇ ਇੱਕ ਦੋ ਦਿਨ ਮੈਂ ਉਹਦੇ ਵਿੱਚ ਹੀ ਕੁੱਪ ਦੇ ਵਿੱਚ ਹੀ ਰਿਹਾ ਜਦੋਂ ਜਿੰਨੀ ਦੇਰ ਮਾਹੌਲ ਠੰਡਾ ਨਹੀਂ ਹੋਇਆ ਮਤਲਬ ਜਿਵੇਂ ਰੋਲਾ ਰੋਲਾ ਕੱਟ ਗਿਆ ਤੇ ਫਿਰ ਉਸ ਤੋਂ ਬਾਅਦ ਕੁੱਪ ਤੋਂ ਬਾਹਰ ਨਿਕਲ ਕੇ ਤੇ ਫਿਰ ਇਹ ਵੀ ਜਿਹੜਾ ਅਨਾਉਂਸਮੈਂਟ ਹੋਣ ਲੱਗ ਪਈ ਕਿ 10 ਸੇ ਹੁੰਦੀ ਸਾਰੀ ਜੋ ਸਟੋਰੀ ਸਾਨੂੰ ਤੇ ਮੈਂ ਬੱਚਾ ਸੀ ਉਦੋਂ ਤੇ ਪਰ ਇਹ ਜਿਉਂ-ਜਿਉਂ ਮੈਂ ਵੱਡਾ ਹੁੰਦਾ ਰਿਹਾ ਮੇਰੇ ਦਿਮਾਗ ਵਿੱਚ ਇਹੋ ਹੀ ਚੀਜ਼ਾਂ ਨਹੀਂ ਹਰ ਵੇਲੇ ਘੁੰਮਦੀਆਂ ਰਹਿੰਦੀਆਂ ਸੀ ਉਹ ਤੇ ਜਿਹੜੀਆਂ ਮੈਂ ਹੁਣ ਆਪਣੇ ਬੱਚਿਆਂ ਨੂੰ ਸੁਣਾਉਂਦਾ ਸੀ ਤੇ ਉਹ ਬੱਚੇ ਫਿਰ ਕਹਿੰਦੇ ਸੀ ਵੀ ਤੁਸੀਂ ਇੱਕ ਹੁਣ ਆਰਟਿਸਟ ਵੀ ਹੋ ਨਾ ਤੁਸੀਂ ਏਸੀ ਨੂੰ ਆਪਣੇ ਜਿਹੜੇ ਦਿਲ ਦੇ ਬਿਆਨ ਹੈ ਆਪਣੇ ਪੇਂਟਿੰਗ ਦੇ ਨਾਲ ਤੁਸੀਂ ਬਣਾਓ ਪੇਸ਼ ਕਰੋ ਤੇ ਜਿੰਨਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਤੇ ਮੈਂ ਫਿਰ ਕਾਫੀ ਦਿਨ ਦਾ ਸੋਚ ਰਹੀ ਸੀ ਪਹਿਲਾਂ ਉਹਨਾਂ ਦੇ ਪੋਰਟਰਟ ਦੇ ਉੱਤੇ ਮੈਂ ਉਹ ਇਹ ਚੀਜ਼ੇ ਕੱਟ ਜਾਂ ਪਿੰਡੇ ਦੇ ਕੱਟ ਦਿਖਾਣਾ ਚਾਹੁੰਦਾ ਸੀ ਫਿਰ ਮੇਰੇ ਦਿਮਾਗ 'ਚ ਆਇਆ ਵੀ ਮੈਂ ਖੁਕੀ ਉਹਨਾਂ ਦੀ ਪਛਾਣ ਹੋਣ ਨੂੰ ਕਾਫੀ ਪਣਾਣੇ ਹੋ ਗਈ ਹੈ ਜੀ ਤੇ ਇਸ ਕਰਕੇ ਲੋਕਾਂ ਨੂੰ ਨਹੀਂ ਇਹਨਾਂ ਸਮਝ ਆ ਗਈ ਤੇ ਨਾ ਲੋਕਾਂ ਨੂੰ ਅੱਜ ਕੱਲ ਦੇ ਜਨਰੇਸ਼ਨ ਨੂੰ ਇਹਨਾਂ ਪਤਾ ਹੈਗਾ ਇਸ ਕਰਕੇ ਮੈਂ ਫਿਰ ਆਪਣੇ ਸੈਲ ਫੋਨਟੇਟ ਨੂੰ ਹੀ ਫੇਸ ਤੇ ਕੱਟ ਮਾਰ ਕੇ ਜਿਹੜੇ ਕੀ ਉਹਨਾਂ ਦੇ ਪਿੰਡੇ ਤੇ ਲੱਗੇ ਹੋਏ ਸੀ ਉਹ ਮੈਂ ਕੱਟ ਜਿਹੜੇ ਨਾਲ ਉਹਨਾਂ ਦੇ ਆਪਣੇ ਫੇਸ ਤੇ ਤੇ ਕੱਟ ਲਗਾ ਕੇ ਤੇ ਇਹ ਆਪਣਾ ਉਹਦੇ ਵਿੱਚ ਮੈਂ ਸਾਰਾ ਇਹ ਚੀਜ਼ਾਂ ਖਿਆਲ ਆਪਣੇ ਸਾਰੇ ਪੇਂਟਿੰਗ ਦੇ ਜ਼ਰੀਏ ਪੇਸ਼ ਕੀਤੇ ਆ ਜਿਹੜੇ ਕੀ ਇੱਥੇ ਵੰਡ ਦੀ ਸਾਰੀ ਵਾਰਦਾਤ ਨੂੰ ਇਹ ਦੇ ਵਿੱਚ ਸਾਰਾ ਮੈਂ ਪੇਂਟਿੰਗ ਦੇ ਰੂਪ ਦੇ ਵਿੱਚ ਕੈਨਵਸ ਦੇ ਉੱਪਰ ਬੋਰਡ ਮੈਨ ਆ ਕੇ ਦੇ ਪੇਜ ਕੀਤੇ ਹੈ ਜੀ ਤੁਸੀਂ ਆਪਣੇ ਫੇਸ ਤੇ ਹੀ ਕਿਉਂ ਇਹ ਸਾਰਾ ਦਰਸਾਇਆ ਕਿਸੇ ਹੋਰ ਚੀਜ਼ ਦੇ ਨਾਲ ਕਿਉਂ ਨਹੀਂ ਉਹ ਵੀ ਚੀਜ਼ ਬਾਰੇ ਮੈਂ ਤੁਹਾਨੂੰ ਦੱਸਣਾ ਇਹ ਚੀਜ਼ ਜਿਹੜੀ ਹੈ ਨਾ ਕਿਉਂਕਿ ਮੇਰਾ ਮੈਨੂੰ ਵੀ ਕਾਫੀ ਕੰਮ ਦੇਰ ਹੋਈ ਕੰਮ ਕਰਦੇ ਆ ਥੋੜਾ ਜਿਹਾ ਮੇਰਾ ਵੀ ਮੈਂ ਨਾਮ ਮਤਲਬ ਇਨੀ ਕੰਮ ਦੇ ਕਰਦੇ ਆ ਹੈਗਾ ਉਸ ਟਾਈਮ ਜਿਸ ਲਈ ਮੈਂ ਆਰਟ ਦਾ ਕੰਮ ਸ਼ੁਰੂ ਕੀਤਾ ਸੀ ਮੈਨੂੰ ਵੀ ਇਹ ਵੀ ਬਚਪਨ ਤੋਂ ਹੀ ਸ਼ੌਕ ਸੀ ਮੈਂ ਸਕੂਲ ਟਾਈਮ ਪੜਦਾ ਸੀ ਤੇ ਮੈਂ ਉਸ ਟਾਈਮ ਹੀ ਬੱਚਿਆਂ ਨੇ ਜਿਸਲੇ ਕਰਦੇ ਸੀ ਚਾਕ ਨਾਲ ਹਾਫ ਟਾਈਮ ਚ ਰੈਸਟ ਟਾਈਮ ਜਿਉਂ ਨਾ ਬੱਚੇ ਵਰਡਿੰਗ ਲੈ ਕੇ ਆਪਣਾ ਅੰਦਾਸ ਲੈ ਕੇ ਫਿਰ ਜੀਕਰ ਬਣਾ ਕੇ ਫਿਰ ਉਸ ਦੇ ਨਾਲ ਤੀਆ ਬਣਾ ਕੇ ਉਹਨਾਂ ਗੋਲਾ ਬਣਾ ਕੇ ਦੇ ਫੇਸ ਬਣਾ ਰਹੇ ਸੀ ਜੀ ਉਹ ਬੱਚੇ ਆਪਣੇ ਵੱਲੋਂ ਮਤਲਬ ਆਪਣੇ ਮੂਡ ਦੇ ਵਿੱਚ ਇਹ ਚੀਜ਼ਾਂ ਨੂੰ ਸਕੈਚੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਨੂੰ ਮੈਂ ਕਰੈਕਸ਼ਨ ਕਰਕੇ ਆਪਣੇ ਡਰਾਇੰਗ ਮਾਸਟਰ ਦਾ ਫੇਸ ਤਿਆਰ ਕਰ ਦਦਾ ਜਿਸ ਦੇ ਨਾਲ ਉਸੇ ਨੂੰ ਚਾਕ ਦੇ ਨਾਲ ਆਪਣਾ ਕੀ ਕਹਿੰਦੇ ਆ ਉਹਨਾਂ ਦੀ ਐਂਡ ਬਣਾ ਕੇ ਉਹ ਫੇਸ ਉਹਨਾਂ ਦਾ ਕਾਫੀ ਉਹਨਾਂ ਦਾ ਇਗਜ਼ੈਂਪਲ ਮਤਲਬ ਫੇਸ ਇਮਪ੍ਰੈਸ਼ਨ ਮਿਲ ਗਿਆ ਤੇ ਉਹ ਟੀਚਰ ਨੇ ਆਣ ਕੇ ਮੈਨੂੰ ਆਪਣਾ ਸਾਰੀ ਕਲਾਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਡ੍ਰੈਂਗ ਟੀਚਰ ਨੇ ਤੇ ਉਹਨਾਂ ਦਾ ਨਾਮ ਸੀ ਪਿਸ਼ਵਰੀ لال ਜੀ ਜੀ ਤੇ ਉਹ ਆਪਣਾ ਉਹਨਾਂ ਨੇ ਸਾਰੇ ਨੂੰ ਕਲਾਸ ਨੂੰ ਕੁੱਟ ਦਿੱਤਾ ਬਾਅਦ ਚ ਕਿਉਂਕਿ ਮੈਂ ਕਲਾਸੋਂ ਥੋੜਾ ਜਿਹਾ ਲਾਇਕ ਸੀ ਡ੍ਰੈਂਗ ਦੇ ਵਿੱਚ ਜਿੰਦੇ ਕਰਕੇ ਉਹ ਮੈਨੂੰ ਮੈਂ ਕਲਾਸ ਦਾ ਮਿਨੀਟਰ ਸੀ ਮੇਰਾ ਕਿਸੇ ਬੱਚੇ ਨੇ ਨਾਂ ਨਹੀਂ ਦਿੱਤਾ ਸਾਰਿਆਂ ਨੇ ਮਾਰ ਖਾ ਲਈ ਲਾਸਟ ਇੱਕ ਬੱਚਾ ਰਹਿ ਗਿਆ ਸੀ ਉਹਨੇ ਕਿਹਾ ਤਾਂ ਜੀ ਨਹੀਂ ਜੀ ਮੈਂ ਇਹ ਨਹੀਂ ਬਣਾਈ ਤੁਸੀਂ ਸਾਨੂੰ ਐਵੇਂ ਕੁੱਟ ਜਾਂਦੇ ਹੋ ਇਹ ਜੀ ਬਣਾਈ ਸਾਡੇ ਮਿਨੀਟਰ ਨੇ ਤੇ ਉਹ ਸੀ ਵਿੱਚ ਉਹ ਫਿਰ ਜਿਸਲੇ ਡਰਾਮਸ ਨੇ ਕਿਹਾ ਵੀ ਤੂੰ ਤੈਨੂੰ ਬਣਾਣੀ ਆਂਦੀ ਸੀ ਤੇ ਮੈਨੂੰ ਪੇਪਰ ਤੇ ਬਣਾ ਕੇ ਦਿੰਦਾ ਮੈਂ ਫਿਰ ਉਹ ਉਹਨਾਂ ਨੂੰ ਪੇਪਰ ਦੇ ਉੱਤੇ ਸਕੈਚ ਬਣਾ ਕੇ ਦਿੰਦਾ ਉਹ ਬੜੇ ਖੁਸ਼ ਹੋਏ ਤੇ ਮੇਰਾ ਹੋਲੀ ਹੋਲੀ ਇੰਟਰਸਟ ਵਧਦਾ ਗਿਆ ਉਦੋਂ ਤੋਂ ਮੇਰਾ ਬਚਪਨ ਤੋਂ ਇਹਦਾ ਵੀ ਆਰਟ ਪੇਂਟਿੰਗ ਵਾਲੇ ਵੀ ਜਿਆਦਾ ਮਤਲਬ ਧਿਆਨ ਹੈਗਾ ਸੀ ਤੇ ਜਿਹੜਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਕਾਫੀ ਕਲੈਕਸ਼ਨ ਤਿਆਰ ਕਰ ਬਠਾ ਤੇ ਪੈਨਸਲ ਸਕੈਚ ਦੂਸਰੇ ਵੀ ਹੋਰ ਵੀ ওয়াটার ਕਲਰ ਵੀ ਤੇ ਲਾਈਨ ਸਕੈਚ ਵੀ ਤੇ ਓਇਲ ਪੇਂਟਿੰਗ ਵੀ ਬਸ ਜੂ ਜੂ ਮਤਲਬ ਨਾਲ-ਨਾਲ ਮੈਨੂੰ ਇਹ ਵੀ ਸ਼ੌਕ ਮੇਰਾ ਚੱਲਦਾ ਰਿਹਾ ਤੇ ਉਹ ਮੈਂ ਉਹ ਹੁਣ ਤੱਕ ਜਾਰੀ ਰੱਖਿਆ ਇਹ ਬੱਚਿਆਂ ਨੇ ਜੀ ਮੈਨੂੰ ਪ੍ਰੇਰਨਾ ਦਿੱਤੀ ਵੀ ਤੁਸੀਂ ਏਸੀ ਬਾਰੇ ਬਣਾਓ ਜੀ ਤੁਸੀਂ ਸਾਨੂੰ ਸਟੋਰੀ ਸੁਣਾਉਂਦੇ ਹੋ ਬਜ਼ੁਰਗਾਂ ਦੀ ਜਾਂ ਆਪਣੇ ਜੋ ਉਹਨਾਂ ਨੇ ਪਿੰਡੇ ਦੇ ਆਪਣੇ ਦੇ ਹੰਡਾਈ ਹੈ ਤੇ ਵਨ ਟਾਈਮ ਤੇ ਉਹਨਾਂ ਦੇ ਬਾਰੇ ਤੁਸੀਂ ਕੁਝ ਕਰਕੇ ਦਿਖਾਓ ਫਿਰ ਮੈਂ ਇਸੇ ਕਰਕੇ ਆਪਣੇ ਬੋਟੇਡ ਤੇ ਬਣਾਇਆ ਤਾਂ ਕਿ ਮੇਰੇ ਬਾਰੇ ਥੋੜੀ ਜੀ ਲੋਕਾਂ ਨੂੰ ਹੁਣ ਪਛਾਣ ਹੈ ਗਈ ਹੈ ਕਿਉਂਕਿ ਬਜ਼ੁਰਗਾਂ ਦੀ ਪਛਾਣ ਪਹਿਲਾਂ ਸੀ ਜਿਸ ਟਾਈਮ ਉਹ ਜਿੰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਮਤਲਬ ਇੰਨੀ ਪਛਾਣ ਨਹੀਂ ਸੀ ਤੇ ਤਾਂ ਮੈਂ ਆਪਣੇ ਬੋਟੇਡ ਦੇ ਉੱਤੇ ਇਸ ਨੂੰ ਘੱਟ ਮਾਰ ਕੇ ਤਿਆਰ ਕੀਤਾ ਤਾਂ ਕਿ ਮੈਂ ਕਿਉਂਕਿ ਜਿਸ ਵੇਲੇ ਮੈਂ ਕੰਮ ਕਾਰੋਬਾਰ ਵੀ ਸ਼ੁਰੂ ਕੀਤਾ ਸੀ ਕਾਲਜ ਟਾਈਮ ਤੋਂ ਬਾਅਦ ਤੇ ਮੈਂ ਉਸ ਟਾਈਮ ਹੀ ਮਤਲਬ ਆਪਣਾ ਕੰਮ ਕਰਦਿਆ ਮੈਨੂੰ ਕਾਫੀ ਜ਼ਰ ਹੋ ਗਈ ਹੈ ਮੈਨੂੰ ਸ਼ੌਕ ਕਰਕੇ ਮਤਲਬ ਕੰਮ ਵੱਲੋਂ ਮੈਨੂੰ ਕੋਈ ਵੀ ਕੰਮ ਆ ਜਾਂਦਾ ਸੀ ਮੈਂ ਕਿਸੇ ਨੂੰ ਇਨਕਾਰ ਨਹੀਂ ਸੀ ਕਰਦਾ ਤੇ ਜਿਸ ਕਰਕੇ ਮੇਰਾ ਥੋੜਾ ਜਿਹਾ ਨਾਮ ਹੈਗਾ ਸੀ ਉਸ ਟਾਈਮ ਕੰਮ ਕਰਨ ਵਾਲੇ ਬੰਦੇ ਸਿਰਫ ਜਿਲੰਦਰ ਦੇ ਵਿੱਚ 3-4 ਬੰਦੇ ਸੀ ਆਰਟ ਦਾ ਪੇਂਟਿੰਗ ਦਾ ਕੰਮ ਕਰਨ ਵਾਲੇ ਤੇ ਇਸ ਕਰਕੇ ਉਸ ਟਾਈਮ ਪਾਪੂਲੇਸ਼ਨ ਵੀ ਘਟ ਸੀ ਕੰਮ ਕਰਨ ਵਾਲੇ ਵੀ ਘਟ ਸੀ ਕੰਮ ਕਰਵਾਉਣ ਵਾਲੇ ਵੀ ਘਟ ਸੀ ਉਹ ਫਿਰ ਹੌਲੀ ਹੌਲੀ ਮੈਂ ਦਿਲ ਲਾ ਕੇ ਕੰਮ ਕਰਦਾ ਰਿਹਾ ਜਿੰਦੇ ਨਾਲ ਮੇਰਾ ਨਾਮ ਮਤਲਬ ਹੋਣਾ ਸ਼ੁਰੂ ਹੋ ਗਿਆ ਮੈਂ ਉਸ ਨੂੰ ਇਹ ਜੀ ਸੋਚਦੇ ਹੋਏ ਪੀ ਮੈਂ ਆਪਣੇ ਸੈਲ ਫੋਨਟ ਦੇ ਉੱਤੇ ਇਹ ਪੇਂਟਿੰਗ ਦਾ ਮਤਲਬ ਇਹ ਕੱਟ ਦਾ ਜਿਹੜਾ ਵੰਡ ਦਾ ਟਾਈਮ ਹੈ ਉਹ ਐਕਸਪਲੇਨ ਕਰ ਸਕਾਂ ਜੀ ਤੇ ਉਹ ਮੈਂ ਇਸੇ ਜੀ ਆਪਣਾ ਰੰਗ ਕੈਨਵਸ ਦੇ ਉੱਤੇ ਪੇਂਟਿੰਗ ਦੇ ਨਾਲ ਇਹ ਸ਼ੋਅ ਕੀਤਾ ਸਾਰਾ ਜੀ ਸਰ ਗੱਲ ਕੀਤੀ ਜਾਵੇ ਤੁਹਾਡੇ ਪਰਿਵਾਰ ਦੀ ਪਰਿਵਾਰ ਦੇ ਵਿੱਚ ਇਸ ਵੇਲੇ ਕੌਣ-ਕੌਣ ਹੈ ਹਾਂ ਪਰਿਵਾਰ ਵਿੱਚ ਸਾਰੇ ਸਾਡੇ ਬੰਦੇ ਉੱਥੋਂ ਜਿੰਨੇ ਵੀ ਸੀ ਕਰਦੇ ਮੈਂਬਰ ਸੀ ਜਿਸ ਵੇਲੇ ਥੋੜੇ ਦਿਨ ਹੋਏ ਸੀ ਵੰਡ ਦੇ ਟਾਈਮ ਤੇ ਉਹ ਕੈਂਪਾਂ ਚ ਸਾਰੇ ਇਕੱਠੇ ਸੀ ਕੋਈ ਕਿਸੇ ਕੈਂਪ ਵਿੱਚ ਸੀ ਭਾਈ ਸਾਹਿਬ ਕਿੱ데 ਸੀ ਫਾਜ਼ ਸਾਹਿਬ ਕਿੱ데 ਸੀ ਤੇ ਮਾਤਾ ਜੀ ਸਾਡੇ ਕਿੱ데 ਸੀ ਮਾਸੀ ਜੀ ਮਤਲਬ ਕਿਸੇ ਜੀ ਉਹ ਫਿਰ ਸਿਸਟਰ ਸਾਡੀਆਂ ਕਿੱ데 ਸੀ ਉਹ ਫਿਰ ਹੌਲੀ ਹੌਲੀ ਸਾਰੇ ਇਕੱਠੇ ਹੋਏ ਤੇ ਫਿਰ ਉਥੋਂ ਇਕੱਠੇ ਹੋ ਗਏ ਫਿਰ ਇਹਨਾਂ ਨੇ ਉਸ ਤੋਂ ਬਾਅਦ 15-20 ਦਿਨ ਮਹੀਨੇ ਬਾਅਦ ਉਥੋਂ ਅੰਮ੍ਰਿਤਸਰ ਤੋਂ ਉਹ ਉਹਨੇ ਦੇ ਜਿੰਨੇ ਦਿਨ ਉਥੋਂ ਸਰਕਾਰ ਵੱਲੋਂ ਕੋਈ ਸਹੂਲਤਾਂ ਮਿਲਦੀਆਂ ਰਹੀਆਂ ਜੋ ਖਾਣ ਪੀਣ ਨੂੰ ਮਿਲਦਾ ਰਿਹਾ ਉਹਦੇ ਆਸਰੇ ਇਹਨਾਂ ਨੇ ਫਿਰ ਆਪਣੀ ਜ਼ਿੰਦਗੀ ਨੂੰ ਚਲਾਇਆ ਤੇ ਇੱਥੇ ਆਣ ਕੇ ਫਿਰ ਜਲੰਧਰ ਵੱਲ ਸ਼ਿਫਟ ਕੀਤਾ ਤੇ ਉਥੇ ਆਣ ਕੇ ਫਿਰ ਹੌਲੀ ਹੌਲੀ ਜਿੱਥੇ ਜਗ੍ਹਾ ਲੱਭੀ ਉਥੇ ਆਣ ਕੇ ਇਹਨਾਂ ਨੇ ਆਪਣਾ ਟਿਕਾਣਾ ਬਣਾ ਲਿਆ ਉਸ ਤੋਂ ਬਾਅਦ ਕਾਰੋਬਾਰ ਸ਼ੁਰੂ ਕਰ ਦਿੱਤੇ ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਫਿਰ ਸਾਡੇ ਵੱੱਲ ਸਾਹਮਣੇ ਥੋੜੀ ਬਹੁਤੀ ਸਮਝ ਸੀ ਉਹਨਾਂ ਨੇ ਆਪਣੀਆਂ ਉਥੇ ਜਿੰਨੀਆਂ ਜ਼ਮੀਨਾਂ ਸੀ ਤੇ ਉਹ ਸਾਰੀਆਂ ਇੱਥੇ ਅਲਾਟ ਕਰਵਾਈਆਂ ਉਸ ਆਪਣਾ ਕਪੂਰਥਲੇ ਜ਼ਮੀਨ ਮਿਲ ਗਈ ਕੋਈ ਗੁਰਦਿਆ ਗੁਲਾਸਪੁਰ ਮਿਲ ਗਈ ਕੋਈ ਪੜ ਸ਼ੰਕਰ ਮਿਲ ਗਈ ਤੇ ਕੋਈ ਨਵੇਂ ਸ਼ਹਿਰ ਮਿਲ ਗਈ ਇਸੇ ਤਰ੍ਹਾਂ ਹੀ ਉੱਚੇ ਸਲੇਮੇਪੰਡ ਮਿਲੀ ਉਹ ਸਾਰੀਆਂ ਫਿਰ ਉਹਨਾਂ ਨੇ ਰੱਖੀਆਂ ਉਸ ਤੋਂ ਬਾਅਦ ਇੱਥੇ ਖੇਤੀਬਾੜੀ ਦਾ ਵੀ ਕਾਰੋਬਾਰ ਨਾਲ ਚੱਲਦਾ ਰਿਹਾ ਤੇ ਨਾਲ ਉਸ ਤੋਂ ਬਾਅਦ ਹੁਣ ਵੀ ਜਿਹੜੀ ਲੰਮੇ ਪਿੰਡ ਵੱਲ ਜ਼ਮੀਨ ਹੈਗੀ ਹੈ ਦੀ ਉੱਥੇ ਅਲੀ ਛੋੜਦੀ ਹੈਗੀ ਹੈ ਉੱਥੇ ਅਲੀ ਖੇਤੀਬਾੜੀ ਵੀ ਚੱਲ ਰਹੀ ਹੈ ਜੀ ਤੇ ਨਾਲ ਮਤਲਬ ਇਹ ਵੀ ਸ਼ੌਕ ਮੈਂ ਨਾਲ-ਨਾਲ ਪੂਰੇ ਕਰ ਰਿਹਾ ਇੱਕ ਬਰਵਾਨੀ ਦਾ ਵੀ ਤੇ ਨਾਲ ਇੱਕ ਆਪਣਾ ਜਿਹੜਾ ਆੜ ਦਾ ਵੀ ਜੀ ਤੇ ਉਹ ਚੀਜ਼ਾਂ ਨੂੰ ਮੈਂ ਹਰ ਚੀਜ਼ ਨੂੰ ਇਸੇ ਕਰਕੇ ਟਾਈਮ ਦੇ ਮੁਤਾਬਕ ਜਿੱਥੇ ਜਿੱਥੇ ਮੈਨੂੰ ਮਹਿਸੂਸ ਹੁੰਦਾ ਜਦੋਂ ਮੇਰਾ ਜਿੱਥੇ ਦਿਲ ਕਰਦਾ ਮੈਂ ਉਹ ਤੇ ਮਤਲਬ ਉਸ ਕੰਮ ਨੂੰ ਕਰਨ ਵਾਸਤੇ ਤਿਆਰ ਹੋ ਜਾਣਾ ਜੇ ਆੜ ਵਾਲੇ ਪਾਸੇ ਧਿਆਨ ਹੋਵੇ ਤੇ ਉਧਰ ਲੱਗ ਪੈਣਾ ਖੇਤਾਂ ਵਿੱਚ ਜਾਈਏ ਤੇ ਖੇਤੀ ਵਾਲੇ ਪਾਸੇ ਲੱਗ ਜੀਦਾ ਹੈ ਜੇ ਅਖਾੜੇ ਵਾਲੇ ਪਾਸੇ ਜਾਈਏ ਤੇ ਅਖਾੜੇ ਵਾਲੇ ਪਾਸੇ ਮਤਲਬ ਦਿਲ ਲਾ ਕੇ ਕੰਮ ਕਰੀਦਾ ਹੈ ਤੇ ਬੱਚਿਆਂ ਨੂੰ ਵੀ ਕਰਾਈਦਾ ਆਪ ਵੀ ਨਾਲ ਨਾਲ ਕਰੀਦਾ ਹੈ ਜੀ ਤੇ ਤੁਸੀਂ ਗੱਲ ਕੀਤੀ ਕਿ ਤੁਹਾਡੇ ਦਾਦਾ ਜੀ ਨੂੰ ਘੋੜੀਆਂ ਦਾ ਬਹੁਤ ਸ਼ੌਂਕ ਸੀ ਤੁਸੀਂ ਵੀ ਕੋਈ ਘੋੜੀ ਵਗੈਰਾ ਜਾਂ ਕੋਈ ਕੁਝ ਰੱਖਿਆ ਹੈ ਅ ਨਹੀਂ ਅਸੀਂ ਉਹ ਨਹੀਂ ਉਸ ਤੋਂ ਬਾਅਦ ਇੱਥੇ ਆਣ ਕੇ ਪਸ਼ੂ ਰੱਖੇ ਸੀ ਗਾਵਾਂ ਮੱਝਾਂ ਰੱਖੀਆਂ ਸੀ ਡੇਰੀ ਵਾਂਗੂੰ ਮਤਲਬ ਘਰ ਦਾ ਆਪਣਾ ਘਰ ਵਾਸੇ ਰੱਖਿਆ ਸੀ ਕੋਈ ਜ਼ਿਆਦਾ ਵੱਡਾ ਨਹੀਂ ਸੀ ਬਿਜ਼ਨਸ ਰੱਖਿਆ ਇਹਦੇ ਵਿੱਚ ਵੀ ਜਿਹੜਾ ਅਸੀਂ ਦੁੱਧ ਪਸ਼ੂ ਰੱਖ ਕੇ ਤੇ ਦੁੱਧ ਡੇਰੀਆਂ ਵਾਂਗੂੰ ਵੇਚਣਾ ਉਹ ਨਹੀਂ ਕਰਦੇ ਸੀ ਸਿਰਫ ਆਪਣੇ ਘਰ ਵਾਸੇ ਕੋ ਖਾਣ ਪੀਣ ਦਾ ਸ਼ੌਕ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਸੀ ਖਾਣ ਪੀਣ ਦਾ ਵੀ ਤੇ ਨਾਲੇ ਕੰਮ ਵਿੱਚ ਜਦੋਂ ਕੰਮ ਕਾਰੋਬਾਰ ਕਰਨਾ ਉਦੋਂ ਕਾਰੋਬਾਰ ਵਾਲਾ ਪੂਰਾ ਧਿਆਨ ਜਦੋਂ ਖਾਣ ਪੀਣ ਵਾਲਾ ਕਰਨਾ ਉਦੋਂ ਖਾਣ ਪੀਣ ਵਾਲਾ ਜਦੋਂ ਅ ਘਾੜੇ ਵੱਲ ਧਿਆਨ ਹੈ ਤੇ ਉਦੋਂ ਉਹ ਵੀ ਕਰੀ ਜਾਂਦਾ ਫਿਰ ਇਸੇ ਤਰ੍ਹਾਂ ਹੀ ਵੱਡੇ ਭਾਈ ਸਾਹਿਬ ਵੀ ਇਹ ਉਹਨਾਂ ਨੂੰ ਵੀ ਸ਼ੌਕ ਸੀ ਬੜੇ ਸੀ ਇਹਨਾਂ ਨੂੰ ਵੀ ਦਾਦਾ ਜੀ ਨੂੰ ਵੀ ਸ਼ੌਕ ਸੀ ਮੈਨੂੰ ਵੀ ਸ਼ੌਕ ਸੀ ਤੇ ਇਹ ਸਾਨੂੰ ਮਤਲਬ ਇਹ ਵੀ ਜਿਵੇਂ ਹਲੀ ਕੀ ਇਹਨਾਂ ਦੀ ਵੀ ਏਜ ਕਾਫੀ ਹੋ ਗਈ ਸੀ ਮੈਂ ਤੇ ਉਦੋਂ ਛੋਟਾ ਸੀ ਤੇ ਉਹ ਫਿਰ ਵੀ ਆਪਣਾ ਰੋਜ਼ ਉਹਨਾਂ ਦੇ ਵੀ ਰੂਟੀਨ ਸੀ ਐਕਸਰਸਾਈਜ਼ ਜ਼ਰੂਰ ਕਰਨੀ ਹੈ ਤੇ ਉਹ ਜੇ ਖਾੜੇ ਜਾਣਾ ਤਾਂ ਵੀ ਨਹੀਂ ਤੇ ਉਹਨਾਂ ਨੇ ਇੱਕ ਪਾਰਕ ਵਿੱਚ ਉੱਥੇ ਸਾਡੇ ਸਾਹਮਣੇ ਹੁੰਦਾ ਸੀ ਉਥੇ ਪੱਥਰ ਰੱਖਿਆ ਸੀ ਵੱਡਾ ਸਾਰਾ ਉਹ ਚੁੱਕਦੇ ਹੁੰਦੇ ਸੀ ਤੇ ਉਹ ਸਵੇਰੇ ਉਹਨਾਂ ਦੀ ਪ੍ਰੈਕਟਿਸ ਕਰਦੇ ਸੀ ਤੇ ਵੱਡੇ ਭਾਈ ਸਾਹਿਬ ਖਾੜੇ ਜਾਂਦੇ ਸੀ ਮੈਂ ਵੀ ਆਪਣੇ ਖਾੜੇ ਜਾਂਦਾ ਸੀ ਤੇ ਉਹਦੇ ਕਰਕੇ ਉਹ ਵੀ ਉਹਨਾਂ ਦੀ ਵੀ ਆਪਣਾ ਦਾਦਾ ਜੀ ਸਾਡੇ ਦੀ 1965 ਵਿੱਚ ਡੈਥ ਹੋ ਗਈ ਹੈ ਜੀ ਤੇ ਸਾਡੇ ਭਾਈ ਸਾਹਿਬ ਦੀ ਸਾਡੇ ਫਾਤ੍ਹ ਸਾਹਿਬ ਦੀ 78 ਵਿੱਚ ਡੈਥ ਹੋਈ ਹੈ ਹਮ ਕਲਿਆਣ ਭਾਈ ਸਾਹਿਬ ਦੀ ਤੇ ਜਿਹੜੇ ਹੈਗੇ ਸੀ ਸਾਡੇ ਸਰਾ ਉਹਨਾਂ ਦੀ ਭਾਈ ਸਾਹਿਬ ਦੀ ਸਾਡੇ ਉਹਨਾਂ ਦੀ ਹੋਈ ਹੈ 89 ਚ ਜੀ ਤੇ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਬ੍ਰੇਨ ਟਿਊਮਰ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਦੋ ਵਾਰੀ ਆਪਰੇਟ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਬਾਕੀ ਉਸ ਤੋਂ ਬਾਅਦ ਅਸੀਂ ਸਾਰੇ ਘਰ ਨੂੰ ਪਰਿਵਾਰ ਨੂੰ ਚਲਾ ਰਹੇ ਹਾਂ ਤੇ ਉਹਨਾਂ ਦੇ ਬੱਚਿਆਂ ਦੀ ਜੀ ਮੈਰਿਜ ਕੀਤੀ ਸਭ ਕੁਝ ਕੀਤਾ ਜਿੰਨਾ ਕੁ ਹੋ ਸਕਿਆ ਜੀ ਤੇ ਉਸ ਤੋਂ ਬਾਅਦ ਬੱਚੇ ਸਾਡੇ ਦੇ ਜਿਹੜੀ ਗੱਲਾਂ ਸੁਣਾਉਂਦੇ ਸੀ ਉਹਨਾਂ ਕਰਕੇ ਮੈਂ ਇਸ ਬਾਰੇ ਪੰਜ-ਛੇ ਸਾਲਾਂ ਤੋਂ ਇਹ ਆਈਡੀਆ ਡਿਜ਼ਾਈਨ ਵਗੈਰਾ ਬਣਾਏ ਉਸ ਤੋਂ ਬਾਅਦ ਫਿਰ ਮੈਂ ਰਿਪੋਰਟ ਤਿਆਰ ਕਰਕੇ ਜਿਹੜੇ ਕੀ ਹੁਣ ਐਸੇ ਫੰਡ ਦੇ ਐਗਜ਼ਿਬਿਸ਼ਨ ਵਾਸਤੇ ਮੈਂ ਇੱਥੇ ਜੀ ਲਗਾਈ ਹੈ ਜਿਹੜੀ 1 ਮਹੀਨੇ ਤੋਂ ਚੱਲ ਰਹੀ ਹੈ ਜੀ ਤੇ ਉਹ ਉਹਦੇ ਵਿੱਚ ਮੈਂ ਸਾਰਾ ਇਹਦੇ ਬਾਰੇ ਸਾਰਾ ਐਕਸਪਲੇਨ ਕੀਤਾ ਹੈ ਜੀ ਤੇ ਹੋਰ ਜਿੰਨਾ ਕੁ ਕੋਸ਼ਿਸ਼ ਕਰਾਂਗੇ ਹੋਰ ਮੇਰੇ ਕੋਲ ਜਿਹੜੇ ਜਿਹੜੇ ਮੈਂ ਕੰਮ ਕਰਦਾ ਰਿਹਾ ਤੇ ਉਹਨਾਂ ਬਾਰੇ ਵੀ ਮੈਂ ਐਗਜ਼ੀਬਿਸ਼ਨ ਲਗਾਵਾਂਗਾ ਤੇ ਉਹ ਚ ਮੈਂ ਜਿਹੜਾ ਹੋਰ ਕੰਮ ਵੀ ਕਰਦਾ ਰਿਹਾ ਉਹ ਵੀ ਮੈਂ ਸਾਰਾ ਹੋਲੀ ਹੋਲੀ ਐਗਜ਼ੀਬਿਸ਼ਨ ਦੇ ذریعے ਲੋਕਾਂ ਨੂੰ ਦਰਸ਼ਨੀ ਕੋਸ਼ਿਸ਼ ਕਰਾਂਗਾ ਜੀ ਤੇ ਕਾਫੀ ਦੇਰ ਜਦੋਂ ਮੈਨੂੰ ਟਾਈਮ ਮਿਲਦਾ ਹੈ ਮੈਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਵੀ ਦਿੰਦਾ ਰਿਹਾ 2 ਸਾਲ ਪਿੱਛੇ ਕਰੂਨਾ ਤੋਂ ਪਹਿਲਾਂ ਤੇ ਉਹ ਮੈਂ ਆਪਣਾ ਸੰਡੇ ਸੰਡੇ ਛੁੱਟੀ ਕਲਾਸ ਨੂੰ ਲੈ ਕੇ ਐਮਈ ਤੱਕ ਬੱਚੇ ਜਾਂਦੇ ਸੀ ਤੇ ਉਹ ਸਾਰਿਆਂ ਨੂੰ ਮੈਂ 2 ਘੰਟੇ ਫ੍ਰੀ ਕਲਾਸ ਲਾਉਂਦਾ ਰਿਹਾ ਤੇ ਉਹ ਵੀ ਮੈਂ ਆਪਣਾ ਸ਼ੌਕ ਪੂਰਾ ਜਾਰੀ ਰੱਖਿਆ ਜੀ ਇਹ ਜਿਹੜੀ ਚੀਜ਼ ਮੈਂ ਜਿਸੇ ਦਿਲ ਕਰਦਾ ਮੈਂ ਕਦੀ ਪਿੱਛੇ ਨਹੀਂ ਹਟਦਾ ਕਿਉਂਕਿ ਜਿਹੜਾ ਹੁਣ ਅੱਜ ਕੱਲ ਕੰਪਿਊਟਰਾਈਜ਼ਡ ਟਾਈਮ ਆ ਗਿਆ ਤੇ 15 20 ਸਾਲ ਤੋਂ ਤੇ ਹੁਣ ਬੱਚੇ ਜਿਆਦਾਤਰ ਤੇ ਹਰ ਚੀਜ਼ ਕੰਪਿਊਟਰਾਈਜ਼ ਕਰਦੇ ਨੇ ਕੰਪਿਊਟਰ ਨਾਲ ਕਰਦੇ ਨੇ ਪਰ ਮੈਨੂੰ ਮੈਂ ਕੰਪਿਊਟਰ ਨਹੀਂ ਸਿੱਖਿਆ ਮੈਨੂੰ ਸਿਰਫ ਹੱਥ ਦੇ ਕੰਮ ਦੇ ਸ਼ੌਕ ਹੈ ਜਿਹੜੀ ਜਿਹੜੀ ਚੀਜ਼ ਮੇਰਾ ਦਿਲ ਕਰਾਏ ਮੇਰੀ ਜਿਹੜੀ ਚੀਜ਼ ਹੱਥ ਆ ਜਾਏ ਮੈਂ ਉਸ ਚੀਜ਼ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਵਾਟਰ ਕਲ ਆ ਗਿਆ ਤੇ ਵਾਟਰ ਕੰਦਰ ਲੱਗ ਪੈਣਾ ਓਇਲ ਪੇਂਟ ਆ ਗਿਆ ਤੇ ਓਇਲ ਪੇਂਟ ਕਰ ਲੈਣਾ ਜੇ ਹੋਰ ਕੋਈ ਚੀਜ਼ ਆ ਗਈ ਤੇ ਪੈਂਸਲ ਸਕੈਚ ਆਇਆ ਤੇ ਉਹ ਕਰ ਲੈਣਾ ਮਤਲਬ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਤਾਂ ਕਿ ਬੰਦਾ ਕੁਝ ਨਾ ਕੁਝ ਇੰਪਰੂਵਮੈਂਟ ਕਰਦਾ ਰਹੇ ਕਿ ਜਿਹੜਾ ਕੀ ਮੇਰੇ ਕੋਲ ਕਲੈਕਸ਼ਨ ਮ ਤੇ ਕਲੈਕਸ਼ਨ ਮੇਰੀ ਇਕੱਠੀ ਹੋ ਗਈ ਨਹੀਂ ਜਿਸ ਕਰਕੇ ਉਹ ਮੇਰੀ ਕੱਲ ਨੂੰ ਜਿੰਨੀਦਰ ਹੋਏਗੀ ਮੈਂ ਨਾ ਵੀ ਰਿਆ ਤੇ ਮੇਰੀਆਂ ਇੱਕ ਯਾਦਾਂ ਜਿਹੜੀਆਂ ਲੋਕਾਂ ਨੂੰ ਮਤਲਬ ਗਾਈਡ ਕਰਦੀਆਂ ਨੇ ਨਗੀਆਂ ਅ ਸਰ ਤੁਸੀਂ ਪਲਵਾਨੀ ਵੀ ਰੂਹ ਨਾਲ ਖੇਡੀ ਆ ਤੇ ਤੁਸੀਂ ਪਲਵਾਨੀ ਨੂੰ ਇੱਕ ਸਟੇਟ ਲੈਵਲ ਤੇ ਲੈ ਕੇ ਗਏ ਹੋ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਵੀ ਜਦੋਂ ਯਾਦ ਕਰਦੇ ਹੋ ਉਹ ਯਾਦਾਂ ਅੱਜ ਵੀ ਤਾਜ਼ੀਆਂ ਹੋ ਜਾਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਇਹ ਤੁਸੀਂ ਕਿਉਂਕਿ ਜਿਸ ਵੇਲੇ ਇੱਕ ਸਪੋਰਟਸਮੈਨ ਚਾਹੇ ਉਹ ਬਚਪਨ ਤੇ ਕੀਤਾ ਚਾਹੇ ਵੱਡੇ ਹੋ ਕੇ ਕੀਤਾ ਹੈ ਉਹ ਚੀਜ਼ ਨੂੰ ਬੰਦੇ ਨੂੰ ਭੁੱਲਦੀ ਨਹੀਂ ਉਹਦੇ ਖੂਨ ਦੇ ਵਿੱਚ ਇੱਕ ਤੇ ਬਜ਼ੁਰਗਾਂ ਦੇ ਵੱਲੋਂ ਹੀ ਸਾਡੇ ਕੀ ਕਹਿੰਦੇ ਆ ਵੀ ਸਾਰੀ ਪੀੜੀ ਦਰ ਪੀੜੀ ਸਾਰਿਆ ਚੱਲੀ ਆ ਰਹੀ ਹੈ ਤੇ ਉਹ ਮਤਲਬ ਉਹ ਚੀਜ਼ ਜਿਹੜੀ ਹੈ ਨਾ ਬੰਦੇ ਨੂੰ ਨਾ ਭੁੱਲਣੀ ਚਾਹੀਦੀ ਹੈ ਨਾ ਹੱਲੇ ਤੱਕ ਅਸੀਂ ਛੱਡੀ ਹੈ ਤੇ ਹੁਣ ਵੀ ਮੈਂ ਜੇਕਰ ਜਿਸ ਵੇਲੇ ਜ਼ਰੂਰਤ ਪੈਂਦੀ ਹੈ ਅਖਾੜੇ ਜਿ ਮਿੱਠੇ ਦਾ ਬੱਚਿਆਂ ਨੂੰ ਜਿਸ ਵੇਲੇ ਕਰਵਾਈਦਾ ਤੇ ਉਹ ਆਪਣਾ ਆਪ ਹੀ ਉਸ ਵੇਲੇ ਸਾਨੂੰ ਖਿਆਲ ਭੁੱਲ ਜਾਂਦਾ ਵੀ ਅਸੀਂ ਸਾਡੇ ਸਿਆਣੇ ਹੋ ਗਏ ਆ ਬਜ਼ੁਰਗ ਹੋ ਗਏ ਆ ਉਸ ਟਾਈਮ ਵੇਟ ਕਰਨ ਲੱਗਿਆ ਜਾਂ ਐਕਸਰਸਾਈਜ਼ ਕਰਨ ਲੱਗਿਆ ਉਹ ਮਤਲਬ ਫਿਰ ਅਸੀਂ ਜ਼ਿਆਦਾ ਕਰ ਲਈਦੀ ਐ ਤੇ ਬਾਅਦ ਵਿੱਚ ਮਹਿਸੂਸ ਹੁੰਦਾ ਜੀ ਸਿਰ ਤੇ ਕਾਬੜਨਦੀ ਐ ਭਈ ਹੁਣ ਸਾਡੇ ਕੋਈ ਇੰਨੀ ਹਿੰਮਤ ਘਟ ਗਈ ਐ ਇੰਨੀ ਹਿੰਮਤ ਨਹੀਂ ਹੈਗੀ ਵੀ ਜਿਹੜੀ ਕਿ ਸਾਨੂੰ ਇੰਨੀ ਹੈਵੀ weight ਕਰਨਾ ਚਾਹੀਦਾ ਜਾਂ ਹੈਵੀ ਐਕਸਰਸਾਈਜ਼ ਕਰਨੀ ਚਾਹੀਦੀ ਐ ਤੇ ਬਾਕੀ ਜਿਸ ਵੇਲੇ ਕਰਦੇ ਸੀ ਉਸ ਟਾਈਮ ਅਸੀਂ ਮਤਲਬ ਕਿਸੇ ਵੱਲੋਂ ਪਿੱਛੇ ਨਹੀਂ ਸੀ ਹਟਦੇ ਚਾਹੇ ਮੇਰੇ ਤੋਂ ਹੈਵੀ weight ਵੀ ਕਿਸੇ ਨਾਲ ਰੈਸਿੰਗ ਜਾਂ ਕੁਸ਼ੀ ਕਰਨੀ ਪੈਂਦੀ ਸੀ ਤੇ ਤਾਂ ਵੀ ਮੈਂ ਕਦੀ ਪ੍ਰਵਾਹ ਨਹੀਂ ਸੀ ਕਰਦਾ ਵੀ ਮੈਨੂੰ ਅੱਜ ਤਾਂ ਬੰਦਾ ਤਗੜਾ ਐ ਜਾਂ ਮਾੜਾ ਐ ਤੇ ਏਸੀ ਨੂੰ ਕਦੀ ਨਹੀਂ ਸੋਚੇਦਾ ਤੇ ਉਸ ਟਾਈਮ ਹੀ ਮਤਲਬ ਅਸੀਂ ਬਈ ਇਹ ਚੀਜ਼ ਕਬਰਾਈ ਦਾ ਨਹੀਂ ਹੁੰਦਾ ਸੀ ਬਈ ਜਿਹੜਾ ਕੀ ਕਹਿੰਦੇ ਆ ਬਈ ਭਈ ਮੇਰੇ ਨਾਲੋਂ ਮੈਨੂੰ ਮੈਂਨ ਕੋ ਹਾਰ ਜਾਵਾਂਗਾ ਜਾਂ ਜਿੱਤ ਜਾਵਾਂਗਾ ਜਾਂ ਕੋਈ ਗੱਲ ਹੋਏਗੀ ਤੇ ਇਹ ਚੀਜ਼ ਸਾਡੇ ਬਜ਼ੁਰਗਾਂ ਚ ਵੀ ਕੋਈ ਇਹੋ ਹੀ ਸੀ ਆਦਤ ਤੇ ਸ਼ੌਕ ਸੀ ਬਈ ਇਹ ਕਿਸੇ ਕੋਲੋਂ ਕਬਰਾਣਾ ਨਹੀਂ ਉਹ ਪੂਰੀ ਦਲੇਰੀ ਦੇ ਨਾਲ ਜਿਸ ਵੇਲੇ ਜੇ ਮਤਲਬ ਆਪਣਾ ਕੁਸ਼ੀ ਕਰਨੀ ਜਾਂ ਵੇਟ ਕਰਨਾ ਤੇ ਉਹ ਅਸੀਂ ਪੂਰੀ ਹਿੰਮਤ ਨਾਲ ਕਰਦੇ ਰਹੇ ਆ ਤੇ ਜਿਨ੍ਹਾਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਆਪਣਾ ਪੂਰੇ ਜੋਰ ਲਾ ਕੇ ਤੇ ਕੁਸ਼ਤੀ ਲੜਦੇ ਰਹੇ ਆ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਘਰ ਬੁਲਾ ਕੇ ਸਾਨੂੰ ਇੰਟਰਵਿਊ ਕਰਨ ਦਾ ਮੌਕਾ ਦਿੱਤਾ ਆਪਣਾ ਕੀਮਤੀ ਸਮਾਂ ਦਿੱਤਾ ਤੇ ਜਾਂਦੇ ਹੋਏ ਸਾਡੇ ਸਰੋਤਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿਸੇ ਵੀ ਲਾਈਨ ਦੇ ਵਿੱਚ ਚਾਹੇ ਉਹ ਛੋਟੇ ਆ ਚਾਹੇ ਵੱਡੇ ਆ ਬੰਦੇ ਨੂੰ ਕਦੀ ਵੀ ਕਿਸੇ ਨੂੰ ਏਸੀ ਨਹੀਂ ਮਾਈਂਡ ਦੇ ਵਿੱਚ ਲਿਆਣੀ ਆਪਣੇ ਦਿਲ ਚ ਲਿਆਣੀ ਚਾਹੀਦੀ ਭਈ ਮੈਂ ਜਾਦਾ ਸਿਆਣਾ ਵਾਂ ਹਰ ਵੇਲੇ ਇੱਕ ਇਨਸਾਨ ਇੱਕ ਦੂਸਰੇ ਕੋਲੋਂ ਕੁਝ ਨਾ ਕੁਝ ਸਿੱਖਦਾ ਹੈ ਤੇ ਸਿੱਖਣਾ ਚਾਹੀਦਾ ਹੈ ਉਹ ਪਤਾ ਨਹੀਂ ਹੁੰਦਾ ਕਿਸੇ ਦੇ ਕਿਹੜੀ ਚੀਜ਼ ਕਿੱਥੇ ਕੰਮ ਆ ਜਾਂਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਹੀ ਬਰੇਨਾ ਦੇਣਾ ਚਾਹੁੰਦਾ ਵੀ ਏਜ ਚੀਜ਼ ਵਰ ਕਿਸੇ ਚੀਜ਼ ਦਾ ਕੋਈ ਨੌਲੇਜ ਦਾ ਕੋਈ ਐਂਡ ਨਹੀਂ ਹਮ ਹਰ ਟਾਈਮ ਏਜ ਦਾ ਵੀ ਕੋਈ ਨਹੀਂ ਸਿਸਟਮ ਹੈਗਾ ਵੀ ਏਜ ਦੇ ਸਾਹਮਣੇ ਵੱਡੇ ਛੋਟੇ ਦੀ ਗੱਲ ਕਈ ਚੀਜ਼ਾਂ ਇਹੋ ਜਿਹੀਆਂ ਇਸ ਟਾਈਮ ਹੈ ਮਤਲਬ ਮਾਹੌਲ ਜਿਹੜਾ ਕੰਪਿਊਟਰਾਈਜ਼ ਹੋ ਗਿਆ ਹੈ ਜਿਹੜਾ ਮੋਬਾਈਲ ਆ ਗਏ ਨੇ ਅਸੀਂ ਕਈ ਚੀਜ਼ਾਂ ਸਾਨੂੰ ਨਹੀਂ ਸਮਝ ਆ ਗਈ ਜਿਹੜੀ ਕਿ ਅਸੀਂ ਬੱਚਿਆਂ ਕੋਲੋਂ ਆਪਣੇ ਪੋਤਿਆਂ ਕੋਲੋਂ ਸਿੱਖੀ ਦੀਆਂ ਤੇ ਬਾਹਰ ਵੀ ਕਦੀ ਕਿਸੇ ਨੂੰ ਇਹ ਚੀਜ਼ਾਂ ਬਾਰੇ ਝਿਜਕਣਾ ਨਹੀਂ ਚਾਹੀਦਾ ਹਰ ਬੰਦੇ ਨੂੰ ਇੱਕ ਦੂਸਰੇ ਕੋਲੋਂ ਕੋਈ 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 ਨਾ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਨੌਲੇਜ ਲੈਣਾ ਚਾਹੀਦਾ ਉਹਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਉਹ ਨੌਲੇਜ ਦਿੱਤਾ ਹੋਇਆ ਸਾਡੇ ਕਿੱਥੇ ਕੰਮ ਆ ਸਕਦਾ ਇਸ ਕਰਕੇ ਮੈਂ ਇਨਾ ਹੀ ਕਹਿੰਦਾ ਹੋਇਆ ਸਾਰਿਆਂ ਦਾ ਤੇ 24 ਚੈਨਲ ਵੀ 24 ਚੈਨਲ ਨੂੰ ਬੁਲਾ ਲੈਂਦਾ ਤੇ ਮਾਨ ਸਾਹਿਬ ਦਾ ਤੇ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆਣ ਕੇ ਮੇਰੇ ਦਿਲ ਦੇ ਖਿਆਲ ਮੇਰੀ ਮਤਲਬ ਮਾਂ ਦੇ ਜਿਹੜੇ ਬਜ਼ੁਰਗਾਂ ਦੀਆਂ ਨਾਲ ਬੀਤੀਆਂ ਹੋਈਆਂ ਗੱਲਾਂ ਉਹ ਮੈਂ ਆਪਣੀਆਂ ਬੇਸ਼ ਕੀਤੀਆਂ ਔਰ ਆਰਟ ਪੇਂਟਿੰਗ ਦੇ ਜਰੀਏ ਤੇ ਇਹ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨ ਧੰਨਵਾਦ ਕਰਦਾ ਜੀ ਮਿਹਰਬਾਨ ਸਰ ਬਹੁਤ-ਬਹੁਤ ਸ਼ੁਕਰੀਆ ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਤੇ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ V24 ਸ਼ਸ਼ਿਕਾ